ਤੁਸੀਂ ਜੇ ਸਾਰਾ ਕੁਝ ਪੰਜਾਬ ਦਾ ਉਹ ਮਾਹੌਲ ਕ੍ਰੀਏਟ ਕੀਤਾ ਹੋਇਆ ਤੁਸੀਂ ਸਾਰੇ ਮੋਹਰ ਵੀ ਰੱਖਿਆ ਤੁਸੀਂ گاਵਾ ਵੀ ਰੱਖੀਆਂ ਮੇਰੇ ਖਿਆਲ ਤੁਸੀਂ ਤਾਂ ਜਿਵੇਂ ਆਮ ਅਮਰੀਕਾ ਦੇ ਵਿੱਚ ਚੌਵਾਂ ਦੁੱਧ ਤਾਂ ਮਿਲਦਾ ਨਹੀਂ ਕਿਤੇ ਉਹ ਗੈਲਨਾਂ ਦੇ ਵਿੱਚ ਮਿਲਦਾ ਸਾਰਿਆਂ ਨੂੰ ਪੈਕੇਟ ਤੇ ਤੁਸੀਂ ਇਹ ਜਿਹੜਾ ਦੁੱਧ ਹੈਗਾ ਆਪਣਾ ਆਪ ਵਰਤਦੇ ਹੋ ਬਾਹਰੋਂ ਲੈ ਕੇ ਆਉਂਦੇ ਹੋ ਕਿਸਾਨ ਦਾ ਪੋਤੋ ਵੇ ਤੇ ਉਹ ਸਬਜੀ ਜਾਂ ਮੰਨ ਲਓ ਦੁੱਧ ਵਰ ਮੁੱਲ ਆ ਕਿ ਤੇ ਵੇ ਲਾਂਤ ਵਾਲੀ ਗੱਲ ਹੈ ਇਸ ਸਮੇਂ ਭਾਰਤ ਸਰਕਾਰ ਵੱਲੋਂ ਉੱਥੇ ਕਾਨੂੰਨ ਲਾਗੂ ਕੀਤਾ ਗਿਆ ਓਪਨ ਮਾਰਕੀਟ ਕਰ ਦਿੱਤੀ ਹੈ ਵੀ ਸਾਰੇ ਤੁਸੀਂ ਕਿਸਾਨ ਭਰਾ ਜਿੱਥੇ ਮਰਜੀ ਜਾ ਕੇ ਤੁਸੀਂ ਆਪਣੇ ਪੂਰੇ ਭਾਰਤ ਦੇ ਵਿੱਚ ਜਾ ਕੇ ਵੇਚੋ ਸਮਾਨ ਤੇ ਕਿਸਾਨ ਭਰਾ ਦੁਖੀ ਨੇ ਇਸ ਗੱਲ ਤੋਂ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਦੁਖੀ ਹੋਣ ਦੀ ਕੋਈ ਗੱਲ ਨਹੀਂ ਹੈ ਐ ਐਕਚੁਅਲੀ ਵੀਰ ਸੱਚਾਈ ਆ ਵਾ ਕਿ ਸਾਡੀ ਗਵਰਨਮੈਂਟ ਬੇਈਮਾਨ ਹੈ ਆਪ ਉੱਥੇ 2-3 ਪਰਿਵਾਰ ਰਨ ਕਰਦੇ ਆ ਗਵਰਨਮੈਂਟ ਨੂੰ ਉਹ ਤੁਸੀਂ ਚਾਹੇ ਪੰਜਾਬ ਚੱਲ ਜਾਓ ਚਾਹੇ ਤੁਸੀਂ ਚੱਲ ਜਾਓ ਗੰਬੇ ਤੁਹਾਡੀ ਜਿਹੜੀ ਮੇਨ ਛਤਰ ਛਾਇਆ ਉਹ ਅੰਬਾਨੀ ਆਦਾਨੀ ਹੋਣਾ ਦੀ ਆ ਉੱਪਰ ਉਹਦੇ ਇੰਡੀਆ ਅਸਲ ਵਿੱਚ ਗਵਰਨਮੈਂਟ ਜਿਹੜੀ ਆ ਉਹ ਪਰਿਵਾਰਾਂ ਦੀ ਰਖੇ ਲਿਆ ਉਹਨੂੰ ਗਵਰਨਮੈਂਟ ਨਹੀਂ ਕਹਿ ਸਕਦੇ ਆਪਣੇ ਜੀਮਦਾਰ ਅਗੇ ਵਿਚਾਰੇ ਭੋਲੇ ਇਹਨਾਂ ਨੇ ਉਹਨਾਂ ਨੂੰ ਦਿਖਾਣੇ ਸਬਜ਼ ਬਾਗ ਬਹੁਤ ਵੀ ਤੁਹਾਨੂੰ ਅਸੀਂ ਪੈਸੇ ਵੱਧ ਦੇਵਾਂਗੇ ਜੀ ਸਾਡੇ ਕੋਲ ਲਾਓ ਜੀ ਹਿੰ ਤਾਂ ਗਵਰਨਮੈਂਟ ਸਾਡੀ ਵੱਧ ਪ੍ਰਾਈਜ਼ ਆ ਕਿ ਜਿੱਦਣ तकरीबन ਮੇਰੇ ਨਹੀਂ ਖਿਆਲ 2 ਸਾਲ ਨਿਕਲਣ। ਜੀ। ਦੋਵਾਂ ਸਾਲਾਂ ਦੇ ਬਾਅਦ ਬਿਹਾਰ ਬਣ ਜਾਊਗਾ ਪੰਜਾਬ ਜਿਹੜਾ ਵਾ। ਸਾਰਾ ਰਿਲੇਟਡ ਆ ਨਸ਼ਾ, ਡਰੱਗ, ਇਹ ਸਾਰਾ ਰਿਲੇਟਡ ਆ ਗੈਂਗਸਟਰ। ਇਹ ਸਾਰੇ ਪਾਰਟ ਆ ਕਿਸਾਨੀ ਨੂੰ ਮਾਰਨ ਦੇ ਆ। ਜੀ। ਜੇ ਗੈਂਗਸਟਰ ਬਣਿਆ ਤਾਂ ਵੀ ਕਿਸਾਨ ਦਾ ਪੁੱਤ ਬਣਿਆ। ਉਹਨੂੰ ਬਣਾਇਆ ਗਿਆ ਵਾ। ਜੇ ਅਮਲੀ ਬਣਿਆ ਤਾਂ ਕਿਸਾਨ ਦਾ ਹੀ ਬਣਿਆ। ਅਕਾਲੀ ਗਵਰਨਮੈਂਟ ਰਹੀ ਹੈ ਉਹ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੇ ਆ ਤੇ ਇੰਡੀਆ ਨੂੰ ਪੂਰਾ ਉਹ ਅਮਰੀਕਾ ਬਣਾਉਣ ਦੀ ਗੱਲ ਕਰਦੇ ਆ ਤੇ ਤੁਸੀਂ ਕੰਪੇਅਰ ਕਿਵੇਂ ਕਰਦੇ ਹੋ ਜੀ ਮੇਰੇ ਖਿਆਲ ਨਾਲ ਨਾ ਗੱਲ ਉਨੀ ਕਹਿਣੀ ਜਿਹਦੇ ਜਿੰਨੇ ਜੋਗੇ ਬੰਦਾ ਹੋਵੇ ਇਹਨੂੰ ਕਹੇ ਵੀ ਤੁਸੀਂ ਪੰਜਾਬ ਹੀ ਰਹਿਣ ਤੇ ਬਾਬਾ ਜੀ ਕੈਲੀਫੋਰਨੀਆ ਨਾ ਬਣਾਓ ਕੋਈ ਇੱਕ ਬੰਦਾ ਦੱਸ ਦੇ ਕਿ ਸਾਡੇ ਪਿੰਡ ਕਿਸਾਨ ਨੇ ਫァ ਨਹੀਂ ਲਿਆ ਕੋਈ ਇੱਕ ਪਿੰਡ ਦੱਸ ਦੋ ਵੀ ਆਹ ਪਿੰਡ ਚੋਂ ਬਾਹਰ ਖੜੀ ਕਰਨੇ ਆ ਤੇ ਸਾਡੇ ਪਿੰਡ ਮੋਤ ਨਹੀਂ ਹੋਈ ਕਿਸਾਨ ਦੀ ਧੀ ਦਾ ਵਿਆਹ ਹੋਵੇ ਤੇ ਯਾਰ ਦੀ ਉਹ ਪਹਿ ਲੈਣ ਗਿਆ ਵਾ ਤੇ ਯਾਰ ਕਾਦੀ ਕਿਸਾਨੀ ਆ ਇੱਕ ਗੱਲ ਆ ਫਿਰ ਉਹ ਇਸੇ ਕਰਕੇ ਕਹਿੰਦੇ ਆਪਾਂ ਆੜਤੀ ਸਿਸਟਮ ਹੀ ਖਤਮ ਕਰਦੇ ਆਂ ਭਾਈ ਸਾਹਿਬ ਜੀ ਆੜਤੀ ਆ ਤੇ ਜੇ ਮੇਰਾ ਤੁਹਾਡਾ ਪਿਆਰ ਆ ਤੇ ਮੈਂ ਚੱਲ ਗਿਆ ਤੁਸੀਂ ਦੇ ਤਾ ਉਹਨਾਂ ਚੋਰਾ ਕੋਤੀ ਹਿਲਾਣਾ ਕੀ ਬਾਦਲ ਵਰਗੇ ਜਿੰਨਾਂ ਦਾ ਗੰਦਾ ਖੂਨ ਹੈ ਗਦਾਰ ਲੋਕ ਜਿਹੜੇ ਆ ਉਹ ਮੋਦੀ ਦੀ ਜਿਹੜੀ ਆ ਜਾ ਕੇ ਰਲ ਕੇ ਤੇ ਆਪਣੇ ਹੀ ਪੰਜਾਬ ਨੂੰ ਮਾਰਨ ਦੇ ਪਿਆ ਪਰ ਉਹਨਾਂ ਬੇਸ਼ਰਮਾਂ ਨੂੰ ਆ ਨਹੀਂ ਪਤਾ ਕਿ ਜਿਹੜੇ ਟਾਣੀ ਤੇ ਬੈਠੇ ਆ ਉਹਨੂੰ ਕਟਣ ਦੇ ਆ ਨਹੀਂ ਹੁਣ ਤਾਂ ਬਾਦਲ ਸਾਹਿਬ ਨੇ ਅਸਤੀਫਾ ਵੀ ਦੇ ਦਿੱਤਾ ਤੁਹਾਨੂੰ ਹਜੇ ਵੀ ਨਾਰਾਜ਼ ਗਿਆ ਕੋਈ ਅਸਤੀਫਾ ਅਸਤੀਵ ਨਹੀਂ ਦਿੱਤਾ ਹੁਣ ਆ ਬਾਕੀ ਲੋਕਾਂ ਨੂੰ ਤੇ ਗੱਲ ਚ ਗੁੱਸਾ ਦਿੱਤਾ ਦੇ ਵੀਰੇ ਜਿਨ੍ਹਾਂ ਨੇ ਤੁਸੀਂ ਨਾਂ ਲੈਣੇ ਨੇ ਤੇ ਨਾਂ ਲੈਣੇ ਮਾਰੀ ਗੱਲ ਐ ਇਹਨਾਂ ਨੇ ਤੇ ਕੀ ਦਸਣਾ ਇਹਨਾਂ ਨੇ ਤੇ ਗੁਰੂ ਨਹੀਂ ਬਖਸ਼ਿਆ ਉਸ ਕਾਨੂੰਨ ਦੇ ਵਿੱਚ ਐਸਾ ਕਿਹੜਾ ਪ੍ਰਬਧਾਨ ਜਾਂ ਐਸੀ ਕਿਹੜੀ ਗੱਲ ਹੈ ਜਿਹਦੇ ਵਿੱਚ ਲੱਗਦਾ ਵੀ ਇਹ ਕਿਸਾਨਾਂ ਨੂੰ ਮਾਰੂ ਐ ਫਿਰ ਮੈਂ ਇੱਕੋ ਸੈਂਪਲ ਦੀ ਗੱਲ ਐ ਇੱਕ ਹੁਣ ਜੇ ਮੇਰੇ ਕੋਲ ਬਾਦਾਂ ਮੈਂ ਰਾਈਟ ਜੀ ਮੇਰੀ ਮਰਜ਼ੀ ਵਿੱਚ ਐ ਮਰਜ਼ੀ ਮਰਜ਼ੀ ਨਾਲ ਵਿੱਚ ਹੁਣ ਤਾਂ ਇੰਡੀਆ ਚ ਵੀ ਇਹੀ ਕਹਤਾ ਕਿ ਨਹੀਂ ਤੇ ਮਰਜ਼ੀ ਵਿੱਚ ਨਹੀਂ 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 ਉਹਨਾਂ ਨੇ ਕਿਹਾ ਜਿੱਥੇ ਮਰਜ਼ੀ ਵਿੱਚੋ ਪਰ ਉਹ ਹੀ ਅੰਬਾਨੀ ਗੁਜਰਾਤ ਚ ਬੈਠਾ ਵਾ ਉਹ ਅੰਬਾਨੀ ਪੰਜਾਬ ਜਾ ਗਿਆ ਉਹ ਅੰਬਾਨੀ ਬੰਬੜੇ ਜਾਣਾ ਕਿ ਖੂਜ ਤੇ ਚਾਹ ਵੇਚਣ ਵਾਲਾ ਭਾਂਡੇ ਮਾਈਆਂ ਵਾਲੇ ਬੰਦੇ ਨੂੰ ਦੇਸ਼ ਦੇ ਤਾਂ ਦੇਸ਼ ਹੀ ਮਾਗਦੇ ਨੇ ਲੱਗਾ ਇਹ ਸੱਚ ਆ ਜਿਹੜਾ ਅੰਨਾ ਹੁੰਦਾ ਵਾ ਅੰਨ ਜੱਫਾ ਮਾੜਾ ਹੁੰਦਾ ਵਾ ਜੀ ਠੀਕ ਆ ਤੇ ਮਾਰੇ ਬਣ ਗਿਆ ਹਿੰਦੂ ਅੰਨਾ ਤਰਕੂ ਕਾਣਾ ਹੁਣ ਅੰਨੇ ਦੇ ਜੱਫੇ ਜਾ ਕੇ ਤਹੀਂ ਹੋਪਾਲਿਓ ਮਾਨਸੋ ਤੁਹਾਡੇ ਮੂੰਹ ਤੇ ਦਾੜਾ ਵਾ ਅਨਸ਼ਾਨੀ ਦੀ ਸ਼ੇਰ ਦੀ ਉਹ ਸ਼ੇਰ ਕੇ ਮੈਂ ਗਿੱਦੜਿਆ ਮੈਂ ਹੁਣ ਕਾ ਖਾਨਾ ਵਾ ਤੇ ਕਹਿੰਦੇ ਸੋਹਣੇ ਕਾ ਖਾਣੇ ਨੂੰ ਸ਼ਤਰੂ ਖਾ ਬਾਦਲ ਕੈਪਟਨ ਜਿਹੜਾ ਮਰਨ ਜੀ ਹੋਵੇ ਹੁਣ ਮੈਂ ਕੇਜਰੀ ਵਾਲਾ ਕੈਂਜਰੀ ਵਾਲਾ ਜਿਹੜਾ ਮਰ ਜੀ ਹੋਵੇ ਸਾਰੇ ਇੱਕ ਹੀ ਸਭ ਚੱਠੇ ਵਟੇ ਸਭ ਇੱਕ ਹੀ ਆ ਇਹਨਾਂ ਨੇ ਇੱਕ ਹੀ ਤਿਆ ਕੀਤਾ ਵਾ ਕਿ ਜਿਹੜਾ ਤੁਹਾਡੇ ਮੂੰਹ ਤੇ ਦਾੜਾ ਵਾ ਸ਼ੇਰਾਂ ਵਾਲਾ ਮਰਨੇ ਬਖਸ਼ਿਆ ਵਾ ਇਹਨਾਂ ਨੂੰ ਚੁਬਦਾ ਆ ਦਿੱਲੀ ਕੰਬੂ ਨਹੀਂ ਦਿੱਲੀ ਭਜੂਗੀ ਕਿਉਂ ਦਿੱਲੀ ਜਿਹੜੀ ਹੈ ਨਾ ਉਹਨਾਂ ਚੇਰੀ ਆ ਜਿੱਨਾ ਚਿਰ ਸਰਦਾਰ ਜੀਂਦੇ ਆ ਜਿੱਦਣ ਇਹ ਸਰਦਾਰਾਂ ਨੇ ਨਾ ਮਾੜੀ ਜੀ ਅੱਖ ਚ ਮੁੱਕਦੀ ਨਾ ਤੇ ਜੇ ਨਾ ਲਾਹੌਰ ਦਾ ਪੱਦ ਪਾਡਰੇਟਾ ਵਾ ਉਹ ਟੁੱਕ ਕੇ ਚੀਨ ਵਾਲਾ ਜੇ ਦਿੱਲੀ ਦਾ ਨਾਨਾ ਗਿਆ ਤੇ ਲਾਂਤ ਕਹਦੇ ਸਰਾਰਿਆ ਇਹਨੂੰ ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਅੱਜ ਕੱਲ ਮਾਹੌਲ ਗਰਮ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ ਉਹ ਇਸ ਵੇਲੇ ਉਹਨਾਂ ਦੇ ਉੱਤੇ ਉਹ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਜਿਹੜੇ ਕਿ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਬਿਨਾਂ ਸ਼ੱਕ ਸਾਰੀਆਂ ਪੋਲਿਟੀਕਲ ਪਾਰਟੀਆਂ ਉੱਥੋਂ ਦੇ ਕਲਾਕਾਰ ਤੇ ਨਾਲ ਹੀ ਖਾਸ ਕਰਕੇ ਜਿਹੜੇ ਕਿਸਾਨ ਵੀਰ ਨੇ ਉਹ ਧਰਨਿਆਂ ਤੇ ਬੈਠੇ ਆ ਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦੇ ਆ ਕਿ ਸਾਨੂੰ ਇਹ ਕਾਨੂੰਨ ਨਾ ਮਨਜ਼ੂਰ ਨੇ ਅੱਜ ਅਸੀਂ ਸਾਡੀ ਟੀਮ ਪੰਜਾਬੀ ਲੋਕ ਚੈਨਲ ਦੀ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਜਿਹਨੂੰ ਕਿ ਗਦਰੀ ਬਾਬਿਆਂ ਦਾ ਸ਼ਹਿਰ ਕਰਕੇ ਜਾਣਿਆ ਜਾਂਦਾ ਆਪਾਂ ਉੱਥੇ ਪਹੁੰਚੇ ਆਂ ਪੰਜਾਬ ਦੇ ਉਹਨਾਂ ਕਿਸਾਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਕਿਸਾਨ ਵੀਰ ਦੇ ਨਾਲ ਤੇ ਆਪਾਂ ਜਾਣਦੇ ਪਹਿਲੇ ਇੱਥੋਂ ਦੇ ਖੇਤੀਬਾੜੀ ਦੇ ਸਿਸਟਮ ਬਾਰੇ ਇੱਥੋਂ ਕੀ ਕਾਨੂੰਨ ਨੇ ਤੇ ਫਿਰ ਨਾਲ ਆਪਾਂ ਪੰਜਾਬ ਦੀ ਗੱਲ ਵੀ ਜ਼ਰੂਰ ਕਰਾਂਗੇ। ਹਾਂਜੀ ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪਾਲ ਵੀਰ ਜੀ ਤੁਹਾਡੀ ਸਮੁੱਚੀ ਟੀਮ ਦਾ ਜੀ ਆਇਆਂ ਕਰਦੇ ਆਂ। ਜੀ ਆਇਆਂ ਕਹਿੰਨੇ ਆਂ ਗਦਰੀ ਬਾਬੰਦਰ ਚੇਪੁਰ ਤੁਸੀਂ ਆਏ ਆ। ਹੁਕਮ ਕਰੋ ਕੀ ਡਰਚਾ ਬਕੀ ਹਾਂਜੀ ਇਹ ਤੁਸੀਂ ਪੰਜਾਬ ਤੋਂ ਇੱਥੇ ਆਏ। ਖੇਤੀਬਾੜੀ ਤੁਸੀਂ ਕੀਤਾ ਚੁਣਿਆ। ਪੰਜਾਬ ਦੇ ਵਿੱਚ ਵੀ ਤੁਸੀਂ ਖੇਤੀਬਾੜੀ ਕਰਦੇ ਸੀ। ਹਾਂਜੀ ਪੰਜਾਬ 'ਚ ਪਹਿਲਾਂ ਖੇਤੀ ਕਰਦੇ ਸੀਗੇ। ਤੇ ਮੇ ਪੜਾਈ ਹੋਣਾ ਦੇ ਕੋਲ ਡੇਰੀ ਵੀ ਸੀਗੀ ਦੁੱਧ ਦਾ ਕੰਮ ਕਰਦੇ ਸੀ ਆਪਾਂ ਤੇ ਖੇਤੀ ਕਰਦੇ ਸੀਗੇ ਫਿਰ ਜਦੋਂ ਇੱਥੇ ਆਏ ਇੱਥੇ ਆਣ ਕੇ ਵੀ ਅਸੀਂ ਆਪਣੇ ਕੋਲ ਲਿੱਕਰ ਸਟੋਰ ਸੀਗੇ ਪਹਿਲਾਂ ਜੀ ਫਿਰ ਜਦੋਂ 사ਤੁਰ ਨੇ ਕਿਰਪਾ ਕੀਤੀ ਮਾਰੇ ਨੇ ਅਮਰਸ਼ਾ ਦਾਤ ਬਖਸ਼ੀ ਵਾਹਿਗੁਰੂ ਨੇ ਤੇ ਫਿਰ ਇਹ ਛੜਤਾ ਸਾਰਾ ਲਿੱਕਰ ਦਾ ਕੰਮ ਤੇ ਫਿਰ ਫਾਰਮਿੰਗ 'ਚ ਆ ਗਏ ਅੱਛਾ ਗੁਰਸਿੱਖੀ ਦੀ ਦਾਤ ਤੁਹਾਨੂੰ ਅਮਰੀਕਾ ਦੀ ਧਰਤੀ ਤੇ ਆ ਕੇ ਮਿਲੀ ਹੈ ਹਾਂ ਜੀ ਗਦਰੀ ਬਾਬਿਆਂ ਦੇ ਵੱਲੋਂ ਲਾਲੋ ਦੇਣ ਆ ਵੀ ਜਦੋਂ ਸਟਾਰਟ ਨੂੰ ਗੁਰਦਾਰੇ ਨਾਲ ਜੁੜੇ ਸੀਗੇ ਐ ਸਾਰੇ ਪ੍ਰੋਬਲਮ ਹੋਣੇ ਦੇ ਸੀਗੇ ਗੁਰਾਲ ਛੋਟ ਸਾਰੇ ਨੇ ਆ ਜੀ ਤੇ ਆ 사ਤੂਰ ਦੇ ਦਾਤ ਮਗਲ ਦੇ ਪਾਇਕ ਨੇ ਬੜੀ ਕਿਰਪਾ ਕੀਤੀ ਮਾਰਕ ਨੇ ਤੇ ਨਾਲ ਸਿੱਖੀ ਬਖਸ਼ੀ ਦੇ ਨਾਲ ਸਿੱਖੀ ਦੇ ਨਾਲ ਹੀ ਮੁੜ ਕੇ ਫਿਰ ਕਿਰਤ ਬਖਸ਼ੀ ਦੀ ਕਿਸਾਨੀ ਦੀ ਅੱਜ ਜਦੋਂ ਆਪਾਂ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਕੀ ਹਾਲਾਤ ਹੈ ਪਰ ਜੇ ਅੱਜ ਅਸੀਂ ਇੱਥੋਂ ਦੀ ਕਿਸਾਨੀ ਦੀ ਗੱਲ ਕਰੀਏ ਤੁਸੀਂ ਦੱਸੋਗੇ ਵੀ ਤੁਹਾਡੇ ਕੋਲ ਖੇਤੀਬਾੜੀ ਲਈ ਕਿੰਨੀ ਕੁ ਜ਼ਮੀਨ ਹੈ ਕਿੰਨੀ ਕੁ ਬਾਹੀਯੋਗ ਹੈ ਤੇ ਖੇਤੀ ਕਾਦੀ ਕਰਦੇ ਹੋ ਸਾਡੇ ਕੋਲ ਤਕਰੀਬਨ ਇਹ ਹੁਣੇ ਰੌਂਡ 700 ਏਕੜ ਦੇ ਕਰੀਬ ਸਾਡੇ ਕੋਲ ਹੈਗੀ ਹੈ ਜ਼ਮੀਨ ਇਸ ਵੇਲੇ ਜੀ ਤੇ ਹੁਣ ਇਸ ਵੇਲੇ ਅਸੀਂ ਬਦਾਮਾ ਦਾ ਹੀ ਕੰਮ ਕਰਦੇ ਆ ਇਸ ਤੋਂ ਪਹਿਲਾਂ ਜਿੱਦਾਂ ਮੱਕੀ ਦਾ ਵੀ ਕੀਤਾ ਸੀਗਾ ਕਣਕ ਦਾ ਵੀ ਕੀਤਾ ਟਮਾਟਰਾਂ ਦਾ ਵੀ ਕੀਤਾ ਆਲੂ ਦੀ ਖੇਤੀ ਕੀਤੀ ਆ ਪਰ ਹੁਣ ਸਾਰੇ ਬਦਾਮਾ ਦੀ ਕਰਦੇ ਖੇਤੀ ਜੀ ਮੈਂ ਦੇਖ ਰਿਹਾ ਸੀ ਤੁਸੀਂ ਜ ਸਾਰਾ ਕੁਝ ਪੰਜਾਬ ਦਾ ਉਹ ਮਾਹੌਲ ਕ੍ਰੀਏਟ ਕੀਤਾ ਹੋਇਆ ਤੁਸੀਂ ਸਾਰੇ ਮੋਰ ਵੀ ਰੱਖੇ ਆ ਤੁਸੀਂ گاਵਾ ਵੀ ਰੱਖੀਆਂ ਮੇਰੇ ਖਿਆਲ ਤੁਸੀਂ ਤਾਂ ਜਿਵੇਂ ਆਮ ਅਮਰੀਕਾ ਦੇ ਵਿੱਚ ਚੌਵਾਂ ਦੁੱਧ ਤਾਂ ਮਿਲਦਾ ਨਹੀਂ ਕਿਤੇ ਉਹ ਗੈਲਨਾਂ ਦੇ ਵਿੱਚ ਮਿਲਦਾ ਸਾਰਿਆਂ ਨੂੰ ਪੈਕੇਟ ਤੇ ਤੁਸੀਂ ਇਹ ਜਿਹੜਾ ਦੁੱਧ ਹੈਗਾ ਆਪਣਾ ਆਪ ਵਰਤਦੇ ਹੋ ਕੋ ਬਾਹਰੋਂ ਲੈ ਕੇ ਆਂਦੇ ਹੋ ਨਹੀਂ ਵੀਰ ਜੀ ਸਾਡੇ ਇਦਾਂ ਵਾਂ ਕਿ ਜੇ ਕਿਸਾਨ ਦਾ ਪੁੱਤ ਹੋਵੇ ਤੇ ਉਹ ਸਬਜ਼ੀ ਜਾਂ ਮਤਲਬ ਦੁੱਧ ਵਰ ਮੁੱਲ ਆ ਕਿ ਤੇ ਵੈਸੇ ਲਾਂਤ ਵਾਲੀ ਗੱਲ ਆ ਤੇ ਸਾਡੀ ਕੋਸ਼ਿਸ਼ ਆ ਕਿ ਸਬਜ਼ੀਆਂ ਘਰ ਦੀਆਂ ਦੁੱਧ ਘਰ ਦਾ ਵਾ ਸਾਡਾ ਤੁਸੀਂ ਵੇਖਿਆ ਹੀ ਆ ਮਤਲਬ ਵੀ ਉਹ ਪੁਰਾਣੇ ਇੰਡੀਆ ਵਾਲਾ ਜਿਹੜਾ ਪੰਜਾਬ ਛੱਡ ਕੇ ਆਏ ਆ ਆਪਣਾ ਪੰਜਾਬ ਤੇ ਉਹ ਹੀ ਪੰਜਾਬ ਦੁਬਾਰਾ ਵਸਾਇਆ ਇੱਥੇ ਵੀ ਘੋੜੇ ਆ ਗਾਈਆਂ ਵਾਂ ਮੋਰ ਆ ਕੁੱਤੇ ਆ ਬਿੱਲੀਆਂ ਵਾਂ ਸਾਰਾ ਪ੍ਰਵਾਹ ਇਕੱਠੇ ਰਹਿੰਦੇ ਆ ਹਾਂਜੀ ਤੇ ਜਿਹੜੀ ਤੁਸੀਂ ਬਦਾਮਾ ਦੀ ਖੇਤੀ ਕਰਦੇ ਹੋ ਹਾਂਜੀ ਜਿਵੇਂ ਪੰਜ ਇਸ ਸਮੇਂ ਭਾਰਤ ਸਰਕਾਰ ਵੱਲੋਂ ਉੱਥੇ ਕਾਨੂੰਨ ਲਾਗੂ ਕੀਤਾ ਗਿਆ ਓਪਨ ਮਾਰਕੀਟ ਕਰ ਦਿੱਤੀ ਆ ਵੀ ਸਾਰੇ ਤੁਸੀਂ ਕਿਸਾਨ ਭਰਾ ਜਿੱਥੇ ਮਰਜੀ ਜਾ ਕੇ ਤੁਸੀਂ ਆਪਣੇ ਪੂਰੇ ਭਾਰਤ ਦੇ ਵਿੱਚ ਜਾ ਕੇ ਵੇਚੋ ਸਮਾਨ ਤੇ ਕਿਸਾਨ ਭਰਾ ਦੁਖੀ ਨੇ ਇਸ ਗੱਲ ਤੋਂ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਦੁਖੀ ਹੋਣ ਦੀ ਕੋਈ ਗੱਲ ਨਹੀਂ ਹੈ ਐ ਐਕਚੁਅਲੀ ਵੀਰ ਸਚਾਈ ਆ ਵਾ ਕਿ ਸਾਡੀ ਗਵਰਨਮੈਂਟ ਬੇਈਮਾਨ ਆ ਉੱਥੇ ਉਥੇ 2-3 ਪਰਿਵਾਰ ਰਨ ਕਰਦੇ ਆ ਗਵਰਨਮੈਂਟ ਨੂੰ ਉਹ ਤੁਸੀਂ ਚਾਹੇ ਪੰਜਾਬ ਚ ਲੱਜੋ ਚਾਹੇ ਤੁਸੀਂ ਚੱਲ ਜਿਓ ਬੰਬੇ ਤੁਹਾਡੀ ਜਿਹੜੀ ਮੇਨ ਛਤਰ ਛਾਇਆ ਉਹ ਅੰਬਾਨੀ ਅਦਾਨੀ ਹੋਣਾਂ ਦੀ ਆ ਉਪਰ ਉਹਦੇ ਤੇ ਇਸ ਕਰੀ ਓਪਨ ਮਾਰਕੀਟ ਆ ਉਹ ਸਿਰਫ ਜਿੱਦਾਂ ਹਾਥੀ ਦੇ ਦੰਦ ਹੁੰਦੇ ਆ ਵਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਇਹ ਇੰਡੀਆ ਗਵਰਨਮੈਂਟ ਦੇ ਆ ਵਾ ਇੰਡੀਆ ਅਸਲ ਵਿੱਚ ਗਵਰਨਮੈਂਟ ਜਿਹੜੀ ਆ ਉਹ ਪਰਿਵਾਰਾਂ ਦੀ ਰਖੇ ਲਿਆ ਉਹਨੂੰ ਗਵਰਨਮੈਂਟ ਨਹੀਂ ਕਹਿ ਸਕਦੇ ਉਹਨੂੰ ਜੇ ਕੰਪੇਅਰ ਕਰਦੇ ਅਮਰੀਕਾ ਨਾਲ ਤੇ ਆ ਇਥੇ ਕੋਈ ਜਿਆਦਾ ਇਨਸਾਫ ਵਾਲੀ ਗੱਲ ਨਹੀਂ ਹੈਗੀ ਇਹ ਕਾਨੂੰਨ ਇਥੇ ਕਿਦਾਂ ਦੇ ਲਾਗੂ ਆ ਵੀ ਜਦ ਕਿ ਸਾਨੂੰ ਪਤਾ ਵੀ ਕਾਨੂੰਨ ਤਾਂ ਸੇਮ ਮਿਲਦਾ ਜੁਲਦਾ ਹੀ ਹੈਗਾ ਫਿਰ ਫਰਕ ਕੀ ਹੈ ਫਰਕ ਇਹ ਪਹਿਲਾਂ ਮੈਂ ਕੀਤਾ ਕਿ ਨੀਤ ਚ ਬੇਈਮਾਨੀ ਆ ਨੀਤ ਚ ਬੇਈਮਾਨੀ ਆ ਕਿ ਗਵਰਨਮੈਂਟ ਹੁੰਦੀ ਆ ਲੋਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਜੀ ਵਪਾਰੀ ਹੁੰਦੇ ਆ ਫਾਇਦੇ ਵਾਸਤੇ ਜੀ ਹੁਣ ਵਪਾਰੀ ਜਿਹੜੇ ਉਹ ਪੈਸੇ ਲਾਉਂਦੇ ਆ ਗਵਰਨਮੈਂਟ ਇਨਵੈਸਟ ਕਰਦੇ ਆ ਜੀ ਜਦੋਂ ਗਵਰਨਮੈਂਟ ਬਣਦੀ ਫਿਰ ਗਵਰਨਮੈਂਟ ਨੂੰ ਉਹ ਯੂਜ਼ ਕਰਦੇ ਆ ਆਪਣੇ ਬੈਨੀਫਿਟ ਵਾਸਤੇ ਹੁਣ ਮੰਨ ਲਓ ਜਿਹੜੀ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਕਿਸਾਨਾਂ ਦੀ রাইਟ ਪੰਜਾਬ ਦੇ ਕਿਸਾਨਾਂ ਦੀ ਹੁਣ ਉਹੀ ਪਰਿਵਾਰ ਜਿਨ੍ਹਾਂ ਨੇ ਇਨਵੈਸਟ ਕੀਤੀ ਆ ਇਲੈਕਸ਼ਨ ਦੇ ਪੈਸੇ ਉਹ ਉਹ ਗਵਰਨਮੈਂਟ ਦੇ ਥਰੂ ਉਹਨਾਂ ਨੇ ਹੁਣ ਉੱਤੇ ਬੜੇ ਬੜੇ ਵੀਰਸ ਬਣਾਤੇ ਆ ਇਹਨਾਂ ਨੇ ਕਰਨਾ ਕੀ ਕਿ ਆਪਣੇ ਜੀਮ ਦੇ ਰਹਿ ਕੇ ਵਿਚਾਰੇ ਭੋਲੇ ਇਹਨਾਂ ਨੇ ਉਹਨਾਂ ਨੂੰ ਦਿਖਾਣੇ ਸਬਜ਼ ਬਾਗ ਬਹੁਤ ਵੀ ਤੁਹਾਨੂੰ ਅਸੀਂ ਪੈਸੇ ਵੱਧ ਦੇਵਾਂਗੇ ਜੀ ਸਾਡੇ ਕੋ ਲਾਓ ਜੀਹੀਂ ਤਾਂ ਗਵਰਨਮੈਂਟ ਸਾਡੀ ਵੱਧ ਪ੍ਰਾਈਜ਼ ਆ ਪਰ ਜਿੱਦਣ ਤਕਰੀਬਨ ਮੇਰੇ ਨਹੀਂ ਖਿਆਲ 2 ਸਾਲ ਨਿਕਲਣ ਜੀ ਦੋਵਾਂ ਸਾਲਾਂ ਦੇ ਬਾਅਦ ਬਿਹਾਰ ਬਣ ਜਾਊਗਾ ਪੰਜਾਬ ਜਿਹੜਾ ਵਾ ਜਿਹੜਾ ਅੱਜ ਬਿਹਾਰ ਹੈ ਨਾ ਉਹ ਇਸ ਲਾ ਨੇ ਬਿਹਾਰ ਬਣਾਇਆ ਵਾ ਕਿ ਉਹ ਵਿਚਾਰੇ ਸਾਡੇ ਆਉਂਦੇ ਆ ਝੋਨਾ ਲਾਉਣ ਵਾਸਤੇ ਸਾਡੇ ਕੰਮ ਕਰਦੇ ਜਾਣ ਕੇ ਤੇ ਫਿਰ ਸਾਡੇ ਲੋਕ ਫਿਰ ਵਿਚਾਰੇ ਕਿਤੇ ਹੋਰ ਠੇਖਾਣੇ ਜਾ ਕੇ ਆਈ ਤੁਸੀਂ ਬਿਹਾਰ ਦੀ ਗੱਲ ਕਰਦੇ ਹੋ ਪਿਛਲੇ ਸਮੇਂ ਅਕਾਲੀ ਗਵਰਨਮੈਂਟ ਰਹੀ ਹੈ ਉਹ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੇ ਆ ਤੇ ਇੰਡੀਆ ਨੂੰ ਪੂਰਾ ਉਹ ਅਮਰੀਕਾ ਬਣਾਉਣ ਦੀ ਗੱਲ ਕਰਦੇ ਆ ਤੇ ਤੁਸੀਂ ਕੰਪੇਅਰ ਕਿਵੇਂ ਕਰਦੇ ਹੋ ਮੇਰੇ ਖਿਆਲ ਨਾਲ ਨਾ ਗੱਲ ਉਨੀ ਕਹਿਣੀ ਚਾਹੀਦੀ ਜਿੰਨੇ ਜੋਗੇ ਬੰਦਾ ਹੋਵੇ ਇਹਨੂੰ ਕਹੇ ਵੀ ਤੁਸੀਂ ਪੰਜਾਬ ਹੀ ਰਹਿਣ ਤਾਂ ਬਾਬਾ ਜੀ ਕੈਲੀਫੋਰਨੀਆ ਨਾ ਬਣਾਓ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆ ਤੇ ਵੇਖੋ ਉਹਨੂੰ ਪੰਜਾਬ ਹੀ ਰਹਿਣ ਦੋ ਉਹਨੂੰ ਤੁਸੀਂ ਪੰਜਾਬ ਬਧ੍ਰਿਸ ਨਹੀਂ ਕਰਦਾ ਕੋਈ ਵੀ ਆ ਸਾਡੀ ਬਦਕਿਸਮਤੀ ਹੈ ਕਿ ਬਾਦਲ ਵਰਗੇ ਜਿਨ੍ਹਾਂ ਦਾ ਗੰਦਾ ਖੂਨ ਹੈ ਗਦਾਰ ਲੋਕ ਜਿਹੜੇ ਆ ਉਹ ਮੋਦੀ ਦੀ ਜਿਹੜੀ ਆ ਜਾ ਕੇ ਰਲ ਕੇ ਤੇ ਆਪਣੇ ਪੰਜਾਬ ਨੂੰ ਮਾਰਨ ਪਿਆ ਪਰ ਉਹਨਾਂ ਬੇਸ਼ਰਮਾਂ ਨੂੰ ਆ ਨਹੀਂ ਪਤਾ ਕਿ ਜਿਹੜੇ ਟਾਣੀ ਤੇ ਬੈਠੇ ਆ ਉਹਨੂੰ ਕਟਣ ਦੇ ਆ ਨੇ ਹੁੰਦਾ ਬਦਲ ਸਾਹਿਬ ਨੇ ਅਸਤੀਫਾ ਵੀ ਦੇ ਦਿੱਤਾ ਤੁਹਾਨੂੰ ਹਜੇ ਵੀ ਨਾਰਾਜ਼ ਗਿਆ ਕੋਈ ਅਸਤੀਫਾ ਅਸਤੀਫਾ ਨਹੀਂ ਦਿੱਤਾ ਹੁਣ ਆ ਬਾਕੀ ਲੋਕਾਂ ਨੂੰ ਤੇ ਗੱਲ ਜੀ ਗੂੜ ਦਿੱਤਾ ਦੇ ਉਹਨੇ ਕੋਈ ਹੁਣ ਵਿਚਾਰੇ ਕੋਈ ਚੋਸ਼ ਹੀ ਨਹੀਂ ਬਚੀ ਕੋਈ ਅਸਤੀਫਾ ਕਰਦਾ ਵਾ ਅਜੇ ਵੀ ਸਾਡੀਆਂ ਅੱਖਾਂ ਦੀ ਮਿੱਟੀ ਪਾਉਣ ਦੇ ਆ ਬੇਸਿਕਲੀ ਕਿ ਮੈਂ ਕਿਸਾਨਾਂ ਦੇ ਨਾਲ ਆਂ ਜੀ ਵੇਖੋ ਜੀ ਮੈਂ ਅਸਤੀਫਾ ਦੇ ਦਿੱਤਾ ਵਾ ਵੀਰ ਬੇਸਿਕਲੀ ਜਿਹੜੀ ਗੱਲਾਂ ਨੇ ਵੀਰ ਹੁਣ ਜੇ ਤੁਸੀਂ ਛਾਂ ਕੇ ਵੇਨੇ ਆ ਠੀਕ ਆ ਜੇ ਅਸੀਂ ਪੰਜਾਬ ਛੱਡ ਕੇ ਆਏ ਆ ਤੇ ਇੱਥੇ ਪੰਜਾਬ ਬਸਾਤ ਆ ਰਾਈਟ ਜੀ ਉਹ ਪਿਓ ਦੇ ਪੁੱਤ ਕਹਿੰਦੇ ਸੀ ਕਿਸਾਨ ਆ ਤੇ ਕਿਸਾਨ ਦਾ ਗਾਲ ਘੋੜਦਾ ਕਿਸਾਨ ਕਿਦਾਂ ਆਗੇ ਫਿਰ ਉਹ ਜੀ ਉਹ ਅਸਤੀਫਾ ਸੱਬ ਗੇਮਾਂ ਖੇਡਦੇ ਆ ਵੀਰ ਉਹਨਾਂ ਨੂੰ ਪਛੇ ਪਿੱਛੇ ਜਦੋਂ ਮਰ ਲੱਗੇ ਨਾ ਆ ਮੋਟਰ ਮੋਟਰ ਸਾਰੇ ਹਿੱਕ ਤਰ੍ਹਾਂ ਕੇ ਲੈ ਜਾਓ ਨਾਲ ਦੇਹੀਂ ਨਾਲ ਵੇਖਾਂਗੇ ਵੀ ਨਾਲ ਖੜਦੇ ਕੀ ਆ ਵੀ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਰਾਜ ਦਿੱਤਾ ਉਹਨਾਂ ਲੋਕਾਂ ਨਾਲ ਤੇ ਗਦਾਰੀ ਕੀਤੀ ਵੀਰੇ ਜਿਨ੍ਹਾਂ ਦੇ ਤੁਸੀਂ ਨਾਂ ਲੈਣੇ ਇਹਨਾਂ ਦਾ ਨਾਂ ਲੈਣੇ ਮਾੜੀ ਗੱਲ ਆ ਇਹਨਾਂ ਨੇ ਤਾਂ ਕੀ ਦਸਣਾ ਇਹਨਾਂ ਨੇ ਤਾਂ ਗੁਰੂ ਨਹੀਂ ਬਖਸ਼ਿਆ ਉਹ ਜਿਹੜੇ ਗੁਰੂ ਦੇ ਨਹੀਂ ਸਕੇ ਹੋਏ ਆਪਣੀ ਸਰਕਾਰ ਹੁੰਦੀ ਆ ਗੁਰੂ ਦੀ ਪਦਵੀਆ ਕਰਾਈਆਂ ਉਹਨਾਂ ਬੰਦਿਆਂ ਨੇ ਸ਼੍ਰੋਮਣੀ ਕਮੇਟੀ ਦਾ ਪਠਾ ਭਾਤਾ ਵਾ ਜਿਨ੍ਹਾਂ ਨੇ ਛਿੱਧੀਆਂ ਦੇ ਕੇ ਬਣਾਈ ਸੀਗੀ ਅੱਜ ਉੱਥੇ ਬਲੇ ਕਿਲਾਤ ਵੰਡਿਆ ਸ਼੍ਰੋਮਣੀ ਕਮੇਟੀ ਸਲੂਪ ਚੋਰੀ ਹੋਣ ਦੇ ਤੁਸੀਂ ਕਹਿੰਦੇ ਅਸਤੀਫਾ ਦੇ ਬਾਅਦ ਨੇ ਬਾਦ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਨਾਂ ਲੈਣੇ ਮਾੜਾ ਵੀ ਨੇ ਲੋਕਾਂ ਦਾ ਜੇ ਅਸੀਂ ਇੱਥੋਂ ਦੀ ਗੱਲ ਕਰੀਏ ਇੱਥੋਂ ਦੇ ਜਿਹੜੇ ਕਾਨੂੰਨ ਨੇ ਇੱਥੇ ਕਾਨੂੰਨ ਦਾ ਰਾਜ ਹੈ ਜਾ ਜਿਵੇਂ ਕਿ ਇੰਡੀਆ ਵਿੱਚ ਕਹਿੰਦੇ ਆ ਕਿ ਪੋਲਿਟਿਕਲ ਸਿਸਟਮ ਦਾ ਰਾਜ ਹੈ ਜੇ ਮੰਨ ਲਓ ਕਿਸਾਨ ਨੂੰ ਇੱਥੇ ਕੋਈ ਪ੍ਰੋਬਲਮ ਆਂਦੀ ਹੈ ਛੋਟੇ ਕਿਸਾਨਾਂ ਦੀ ਰੱਖਿਆ ਜਾਂ ਵੱਡੇ ਕਿਸਾਨਾਂ ਦੀ ਰੱਖਿਆ ਸਰਕਾਰ ਕਰਦੀ ਹੈ ਹਾਂਜੀ ਵੀਰ ਜੀ ਇੱਥੇ ਬਕਾਇਦਾ ਜਿੱਦਾਂ ਸਾਡੇ ਕਿਹਾ ਗਿਆ ਜਿਵੇਂ ਫਸਲਾਂ ਬਲਲ ਬਦਾਮ ਹੀ ਹੈ ਰਾਈਟ ਤੇ ਸਾਰਿਆਂ ਨੂੰ ਸ਼ੋਰ ਸੁੰ ਜਿੰਨਾ ਦੀ ਜੀ ਤੇ ਇਸ ਤੋਂ ਇਲਾਵਾ ਵਾ ਕੀ ਜਿਵੇਂ ਪ੍ਰਾਈਸ ਘਟ ਗਈ ਐਗਜ਼ੈਂਪਲ ਹੁਣ ਜਦ ਰੌਲਾ ਪੈ ਗਿਆ ਕਰੋਨਾ ਦਾ ਨਾ ਤੇ ਸਾਡੀ ਪਿੱਛੇ ਗਵਰਨਮੈਂਟ ਖੜੀ ਆ ਸਾਨੂੰ ਉਹਨੇ ਸਫਲਤਾ ਦੇ ਦੇਣੀ ਤੁਹਾਨੂੰ ਉਹਨੇ ਵੀ ਤੁਸੀਂ ਅੱਜ ਕਰੋ ਤੁਹਾਡਾ ਤੁਹਾਡਾ ਮਤਲਬ ਪੜੀ ਪ੍ਰੈਸ ਘਟ ਗਈ ਆ ਤੇ ਧੰਨਵਾਦ ਹੀ ਦੇ ਦਿੰਨੇ ਆ ਸੋ ਗਵਰਨਮੈਂਟ ਫਾਰਮਰ ਦੇ ਮਗਰ ਖੜਦੀ ਆ ਜੀ ਤਾਂ ਮੈਂ ਕਹਿੰਦਾ ਸਾਡੀ ਜਿਹੜੀ ਅਮਰੀਕਾ ਦਾ ਜਿਹੜਾ ਸਿਸਟਮ ਆ ਵੀ ਇਹ ਲੋਕ ਈਮਾਨਦਾਰ ਹੈਗੇ ਆ ਹੈਗੇ ਆ ਆ ਨਹੀਂ ਮੈਂ ਕਹਿੰਦਾ ਵੀ 100% ਹੋਣਗੇ ਪਰ ਕੰਪੇਅਰ ਟੂ ਇੰਡੀਆ ਕਰਾਂਗੇ ਤੇ ਫਿਰ ਉਹ 90 ਇੱਕ ਦਾ ਫਰਕ ਪੈਣਾ ਜਾ ਕੇ ਵੀ ਉੱਥੇ 1% ਇਮਾਨਦਰੀ ਥਣ 90% ਇਮਾਨਦਰੀ ਆ ਜੀ ਐਦਾਂ ਮੈਂ ਕਹਿ ਸਕਦਾ ਤੇ ਤੁਸੀਂ ਉਸ ਕਾਨੂੰਨ ਦੀ ਗੱਲ ਕਰਦੇ ਹੋ ਤੁਹਾਨੂੰ ਉਹਦੇ ਵਿੱਚ ਦੱਸ ਸਕਦੇ ਹੋ ਕਿਹੜੇ ਕਿਹੜੀਆਂ ਗਲਤੀਆਂ ਨੇ ਵੀ ਉਸ ਕਾਨੂੰਨ ਦੇ ਵਿੱਚ ਐਸਾ ਕਿਹੜਾ ਪ੍ਰਬੰਧਨ ਜਾਂ ਐਸੀ ਕਿਹੜੀ ਗੱਲ ਹੈ ਜਿਹਦੇ ਵਿੱਚ ਲੱਗਦਾ ਵੀ ਇਹ ਕਿਸਾਨਾਂ ਨੂੰ ਮਾਰੂ ਹੈ ਫਿਰ ਮੈਂ ਇੱਕ ਸੈਂਪਲ ਜੀ ਗੱਲ ਹੈ ਇੱਕ ਹੁਣ ਜੇ ਮੇਰੇ ਕੋ ਬਾਦਮ ਹੈ ਰਾਈਟ ਜੀ ਮੇਰੀ ਮਰਜ਼ੀ ਵਿੱਚ ਆ ਮਰਜ਼ੀ ਮਰਜ਼ੀ ਨਾਲ ਵਿੱਚ ਹੁਣ ਤਾਂ ਇੰਡੀਆ 'ਚ ਵੀ ਇਹੀ ਕਹਤਾ ਵੀ ਤੁਸੀਂ ਤੇ ਮਰਜ਼ੀ ਵਿੱਚ ਹੋ ਨਹੀਂ 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 ਉਹਨਾਂ ਨੇ ਕਿਹਾ ਜਿੱਥੇ ਮਰਜ਼ੀ ਵਿੱਚ ਹੋ ਹਾਂਜੀ ਪਰ ਉਹ ਹੀ ਅੰਬਾਨੀ ਗੁਜਰਾਤ ਚ ਬੈਠਾ ਵਾ ਉਹ ਹਮ ਬਾਨੀ ਪੰਜਾਬ ਜਾ ਗਿਆ ਉਹ ਹਮ ਬਾਨੀ ਬੰਬਈਟ ਜਾਣਾ ਕਿ ਖੁਸ਼ੀ ਤੇ ਜਾਂ ਤੇ ਉਹਦੇ ਨਾਲ ਕੋਈ ਬੰਦਰ ਖੋ ਨਾ ਬਰਾਬਰ ਉਹਦੇ ਕੋਈ ਟੀਮ ਬਰਾਬਰ ਦੀ ਪਿਆ ਜੀ ਆ ਨਹੀਂ ਤੇ ਆ ਵਾ ਉਹ ਜਿੱਥੇ ਮਰਜ਼ੀ ਭੱਜ ਲੋ ਜਿੱਦਾਂ ਨਾ ਆਪਣੇ ਇੰਡੀਆ ਕਿਹਦੇ ਦੇ ਸਾਡੇ ਸਾਨੇ ਬਜ਼ੁਰਗ ਕੀ ਜਿਹੜਾ ਅੰਨਾ ਹੁੰਦਾ ਵਾ ਅੰਨੇ ਦਾ ਜਫਾ ਮਾੜਾ ਹੁੰਦਾ ਵਾ ਜੀ ਠੀਕ ਆ ਤੇ ਮਾਰੇ ਬਣ ਗਿਆ ਹਿੰਦੂ ਅੰਨਾ ਤਰਕੂ ਕਾਣਾ ਜੀ ਹੁਣ ਅੰਨੇ ਦੇ ਜਫੇ ਜਾ ਕੇ ਤਹੀਂ ਜਦੋਂ ਤੁਹਾਨੂੰ ਗੁਰਬਾਣੀ ਦੇ ਵਿੱਚ ਇਹ ਧਰਮ ਕਿਸੇ ਦੇ ਅੰਗੇਸਟ ਇਸ ਤਰ੍ਹਾਂ ਦਾ ਆਪਾਂ ਅਰਥ ਕਰਨ ਵੇਲੇ ਕੁਝ ਹੋ ਸਕਦਾ ਮੇਰਾ ਕਹਿਣ ਦਾ ਪਾਵੇ ਇਹ ਵੀ ਤੁਸੀਂ ਸਾਨੂੰ ਇਹ ਦੱਸੋ ਵੀ ਉਸ ਕਾਨੂੰਨ ਦੇ ਵਿੱਚ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਇਹ ਲੈ ਡੁੱਬਣ ਗਿਆ ਉਹ ਕਿਹੜੀਆਂ ਗਲਤੀਆਂ ਨੇ ਮੈਂ ਉਹ ਤੁਹਾਨੂੰ ਬੇਨਤੀ ਕਰ ਲੱਗਾ ਸੀ ਨਾ ਜਦੋਂ ਮੈਂ ਕਿਹਾ ਨਾ ਜਦੋਂ ਮੈਂ ਸ਼ਬਦ ਯੂਜ਼ ਕੀਤਾ ਉਹਦਾ ਕਾਰਨ ਇਹ ਆ ਸੀਗਾ ਕਿ ਜਦੋਂ ਜਦੋਂ ਬਿਜ਼ਨਸਮੈਨ ਹੈਵੀ ਹੋ ਗਿਆ ਨਾ ਗਵਰਨਮੈਂਟ ਦੇ ਉੱਪਰ ਤੇ ਫਿਰ ਪ੍ਰੋਫਿਟ ਵੇਖਣਾ ਵਾ ਜੋ ਤੇ ਪ੍ਰੋਫਰ ਆ ਗਿਆ ਉਹ ਤੇ ਜਿਹੜੀ ਪ੍ਰੋਡਕਸ਼ਨ ਖਤਮ ਹੋ ਗਈ ਮੜ ਕੇ ਜਿਹੜੀ ਪ੍ਰੋਟੈਕਸ਼ਨ ਹੈ ਨਾ ਜਨਤਾ ਦੀ ਖਤਮ ਹੋ ਗਈ ਉਹ ਖਤਮ ਹੋ ਗਈ ਮੜ ਕੇ ਹੁਣ ਜਿਹੜੀ ਤੁਸੀਂ ਗੱਲਾਂ ਦੀ ਕਰਦੇ ਆ ਕਿਉਂਕਿ ਜਿੰਨਾ ਬੰਦਿਆਂ ਨੇ ਮਿਲੀਸ ਡਾਲਰ ਲਾਏ ਆ ਗਵਰਨਮੈਂਟ ਦੇ ਉੱਪਰ ਜੀ ਤੇ ਉਹ ਗਵਰਨਮੈਂਟ ਨੂੰ ਇੱਕ ਟੂਲ ਬਣਾ ਕੇ ਤੇ ਉਹ ਲਾ ਬਣਾ ਕੇ ਹੁਣ ਜਦੋਂ ਮੈਂ ਕੱਲ ਸੁਣਦਾ ਸੀਗਾ ਆਪਣੇ ਸਪੀਕਰ ਸੀਗੇ ਬੀਬਿੰਦਰ ਸਿੰਘ ਹਣੀ ਜੀ ਉਹ ਕਹਿੰਦੇ ਇੱਕ ਇੱਕ ਜਿਹੜਾ ਉਹਨਾਂ ਨੇ ਬਣਾਇਆ ਵਾ ਸਟੋਰੇਜ ਉਹਦੇ ਚ 8 ਲੱਖ ਟਨ ਆ ਜਾਂਦਾ ਵਾ ਉਹੀ ਰਾਈਟ ਤੇ ਉਸ ਚੀਜ਼ ਨੂੰ ਬਣਦਿਆਂ 5 ਸਾਲ ਹੋ ਗਏ ਉਹਨਾਂ ਨੂੰ ਬਣਦਿਆਂ ਤੇ ਪੂਰੇ ਪੰਜਾਬ ਦੀ ਜਿਹੜੀ ਉੱਥੇ ਪਾ ਸਕਦੇ ਆ ਮਤਲਬ ਕਣਕ ਜਿੰਨੀ ਵਹਿ ਗਈ ਆ ਹੁਣ ਉਹ ਜਿਹੜੇ ਬੰਦੇ ਆ ਉਹੀ ਬੰਦੇ ਜਿਹੜੇ ਆ ਉਹ ਬਾਗਟ ਹੋਟਲ ਦਾ ਹੋਲਡ ਕਰਦੇ ਆ ਸਾਰੇ ਇੰਡੀਆ ਦੀ ਜਿਹੜੀ ਆ ਜੀ ਇਸ ਵੇਲੇ ਕਹਣਾ ਕਿ ਓਪਨ ਮਾਰਕੀਟ ਹੈ ਓਪਨ ਮਾਰਕੀਟ ਕਿੱਥੇ ਆੜੀ ਆ ਉਹ ਦੋ ਤਿੰਨ ਪਰਿਵਾਰਾਂ ਦਾ ਹੋਲਡ ਆ ਉਹਨਾਂ ਨੇ ਉਹਨਾਂ ਨੇ ਲਊ ਪੀਣਾ ਚੂਸਣਾ ਡੜਾ ਜਟਾਂ ਦਾ ਸਾਰਾ ਜਮੀਨਾਂ ਦਾ ਉਹ ਚਾਹੇ ਜ਼ਿਮੀਂਦਾਰ ਹੋਵੇ ਚਾਹੇ ਮਜ਼ਦੂਰ ਹੋਵੇ ਤੇ ਚਾਹੇ ਕੋਈ ਦੁਕਾਨਦਾਰ ਹੋਵੇ ਕਿਉਂਕਿ ਸਾਰੇ ਅਟੈਚ ਆਇਆ ਜ਼ਿਮੀਂਦਾਰ ਦੇ ਨਾਲ ਆ ਸਾਰੇ ਹੀ ਮਰਨੇ ਆ ਜਦੋਂ ਨੀਥ ਥੱਲੇ ਕੱਢਦੀ ਕੱਢਦੀ ਬਿਲਡਿੰਗ ਦੀ ਤੇ ਬਿਲਡਿੰਗ ਥੱਲੇ ਡੇਪੇ ਨੇ ਸਾਰੀ ਆ ਤੇ ਕਿਸਾਨ ਜਿਹੜਾ ਵਾ ਜ਼ਿਮੀਂਦਾਰ ਆ ਉਹ ਨਹੀਂ ਆ ਸਾਰਾ ਕੁਝ ਆਸ਼ਰਤ ਹੈਗਾ ਕਿਸਾਨ ਦੇ ਤੇ ਕਿਸਾਨ ਦੇ ਉੱਪਰ ਟਿਕਿਆ ਸਾਰਾ ਕਿਸਾਨੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਹੁਣ ਇਸ ਸਮੇਂ ਮਾਹੌਲ ਬਣਿਆ ਹੈ ਪੰਜਾਬ ਦਾ ਤੁਸੀਂ ਪੰਜਾਬ ਦੇ ਜਿਹੜੇ ਕਿਸਾਨ ਵੀਰ ਧਰਨਾ ਲਾਈ ਬੈਠਿਆ ਉਹਨਾਂ ਲਈ ਤੁਹਾਡੀ ਕੀ ਸਲਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀ ਐਦਾ ਵਾ ਕਿ ਆ ਸਾਰੇ ਹੀ ਸਿਆਣੇ ਆ ਜਿੰਨੀਆਂ ਜਿੰਨੀਆਂ ਮਤਾਂਸਾਰ ਹੋ ਜਾਂ ਵੱਡਾ ਵੀਰ ਇਹਨਾਂ ਨੇ ਤੁਹਾਨੂੰ ਦੱਸਿਆ ਬੇਨਤੀ ਕੀਤੀ ਆ ਮੇਰੇ ਵੀਰ ਆਪਾ ਅਮਰੀਕਾ ਚ ਬੜੇ ਵਧੀਆ ਪਰਿਵਾਰ ਰੋਟੀ ਛਕਣਦੇ ਆ ਮਹਾਰਾ ਦੀ ਕਿਰਪਾ ਨਾਲ ਤੇ ਅੱਜ ਜੇ ਇਕੱਠੇ ਆਏ ਆ ਤੇਲਾ ਤੁਹਾਡਾ ਜੀ ਐਨੂੰ ਸਾਰੇ ਪਰਿਵਾਰ ਦਾ ਤੁਸੀਂ ਆਏ ਦਸ਼ਮੇਲੇ ਕੀਤੇ ਜਲ ਪਾਣੀ ਛਕਿਆ ਆਪ ਜੀ ਇਹਨਾਂ ਨਾਲ ਮੇਰੀ ਮੂਤੀ ਮਾਤਾ ਨਹੀਂ ਕਿ ਮੈਂ ਕੁਝ ਤੁਹਾਨੂੰ ਦੱਸ ਸਕਾਂ ਜਾਂ ਕਿਸੇ ਵੀਰਾਂ ਨੂੰ ਸ਼ੋਅ ਤੇ ਦੱਸ ਸਕਾਂ ਪਰ ਸੱਚਾਈ ਆ ਇਸ ਚੀਜ਼ ਦੀ ਆ ਕਿ ਵੀਰ ਜਿਹੜਾ ਵੀ ਰੁੱਖ ਦੀ ਟਾਣੀ ਵੱਢੀਏ ਨਾ ਉਹ ਪੇੜ ਹੋਣੀ ਹੋਣੀ ਉਹਨੂੰ ਜੀ ਠੀਕ ਆ ਕੱਲੇ ਕਿਸਾਨੀ ਨੂੰ ਨਾ ਲੋਕ ਤਹੀਏ ਇਹ ਲੰਮੀ ਕਹਾਣੀ ਆ ਤੇ ਮੇਰੇ ਵੀ ਸੁਣਨ ਵਾਲਿਆਂ ਨੂੰ ਪਤਾ ਵਾ ਤੇ ਸੁਣਾਉਣ ਵਾਲਿਆਂ ਨੂੰ ਪਤਾ ਵਾ ਇਹ ਸਾਰਾ ਰਿਲੇਟਡ ਆ ਨਸ਼ਾ ਡਰੱਗ ਇਹ ਸਾਰਾ ਰਿਲੇਟਡ ਆ ਗੈਂਗਸਟਰ ਇਹ ਸਾਰੇ ਪਾਰਟ ਆਫ ਕਿਸਾਨੀ ਨੂੰ ਮਾਰਨ ਦੇ ਆ ਜੀ ਜੇ ਗੈਂਗਸਟਰ ਬਣਿਆ ਤਾਂ ਵੀ ਕਿਸਾਨ ਦਾ ਪੁੱਤ ਬਣਿਆ ਜੀ ਉਹਨੂੰ ਬਣਾਇਆ ਗਿਆ ਵਾ ਜੀ ਜੇ ਅਮਲੀ ਬਣਿਆ ਤਾਂ ਕਿਸਾਨ ਦਾ ਹੀ ਬਣਿਆ ਜੀ ਠੀਕ ਆ ਜੇ ਅੱਜ ਜੀ ਡੈਟ ਦੇ ਵੇਖੀਏ ਵੀ ਸਾਡੇ ਹਾਲਾਤ ਹੁਣ ਤੁਹਾਡੇ ਕੁਐਸਚਨ ਤੋਂ ਨਾ ਮੈਂ ਕਿਸਾਨੀ ਦਾ ਹਾਲਾਤ ਕੀ ਆ ਜੀ ਜਿੰਨਾ ਕਿ ਮੈਂ ਪੜਿਆ ਜਾਂ ਵਿਚਾਰਿਆ ਵਾ ਵੀ ਜਿਹੜਾ ਬੰਦਾ ਮਾਲਕ ਪੈਲੀ ਦਾ ਮਾਲਕ ਫਸਲ ਦਾ ਉਹ ਗੋਡਾਊਨ ਚ ਨਹੀਂ ਰੱਖ ਸਕਦਾ ਜੀ ਠੀਕ ਆ ਉਹਦੀ ਲਿਮਟ ਆ ਦੋ ਬੋਰੀਆਂ 10 ਬੋਰੀਆਂ ਜੇ ਤੋਂ ਵੱਧ ਹੁੰਦਾ ਤੇ 20 ਬੋਰੀਆਂ ਦਾ ਕਿਸਾਨ ਤੇ ਪਰਚਾ ਹੋਊਗਾ ਮੇਕ ਸੈਂਸ ਜੀ ਕਿ ਸਾਨੂੰ ਹੜਾ ਕਿੱਥੇ ਆ ਸਾਡਾ ਸਾਡਾ ਸਾਹ ਹੀ ਨਹੀਂ ਲੈਣ ਦਤਾ ਯਾਰ ਸਾਡੀ ਫਸਲ ਸਾਡੇ ਖੋਲਈ ਆ ਸਾਡੇ ਧੀਆਂ ਪੁੱਤ ਸਾਡੇ ਤੋਂ ਖੋਲੇ ਨਸ਼ੇ ਨੇ ਐਸ ਕੈਲੀਫੋਰਨੀਆ ਨੇ ਬਾਹਰ ਵਾਲੇ ਸੁਣਨ ਵਾਲੇ ਵੀ ਕਹਿਣਗੇ ਵੀ ਆ ਬਾਬੇ ਬਾਹਰ ਜਾ ਗੱਲਾਂ ਸੋਹਣੀਆਂ ਕਰਦੇ ਆ ਨਾ ਟਿਕਾਣੇ ਬੈਠੇ ਆ ਉਹ ਮੇਰੇ ਵੀਰੋ ਅਸੀਂ ਵੀ ਤੁਹਾਡੇ ਵਾਂਗੂ ਸਤਾਏ ਨਿਕਲੇ ਉਥੋਂ ਕਿਸੇ ਨਾ ਕਿਸੇ ਢੰਗ ਨਾਲ ਸਾਰੇ ਇੱਥੇ ਆਏ ਆ ਪਰਿਵਾਰ ਚ ਬੈਠੇ ਆ ਪਰ ਸ਼ੁਕਰ ਸਤਿਗੁਰਾਂ ਦਾ ਗੁਰੂ ਰਾਮਦਾਸ ਦਾ ਕਿ ਪਰਿਵਾਰ ਬੈਠਾ ਵਾ ਨਸ਼ੇ ਨੇ ਕੋਈ ਇੱਕ ਬੰਦਾ ਪਿੰਡ ਦਾ ਬਾਹ ਖੜੀ ਕਰਕੇ ਵੀ ਸਾਡੇ ਪਿੰਡ ਵਿੱਚ ਨਸ਼ੇ ਨਾਲ ਮੌਤ ਨਹੀਂ ਹੋਈ ਕੋਈ ਇੱਕ ਬੰਦਾ ਦੱਸ ਦੇ ਕਿ ਸਾਡੇ ਪਿੰਡ ਕਿਸਾਨ ਨੇ ਫァ ਨਹੀਂ ਲਿਆ ਕੋਈ ਇੱਕ ਪਿੰਡ ਦੱਸ ਦੋ ਵੀ ਆ ਪਿੰਡ ਚੋਂ ਬਾਹਰ ਖੜੀ ਕਰਨੇ ਆ ਵੀ ਸਾਡੇ ਪਿੰਡ ਮੋਤ ਨਹੀਂ ਹੋਈ ਕਿਸਾਨ ਦੀ ਧੀ ਦਾ ਵਿਆਹ ਹੋਵੇ ਤਿਉਹਾਰ ਦੀ ਕੋ ਪਹਿਲੇ ਲਣ ਗਿਆ ਵਾ ਤਿਆਰ ਕਾਦੀ ਕਿਸਾਨੀ ਆ ਇੱਕ ਗੱਲ ਆ ਫਿਰ ਉਹ ਇਸੇ ਕਰਕੇ ਕਹਿੰਦੇ ਆ ਆਪਾਂ ਆਰਤੀ ਸਿਸਟਮ ਹੀ ਖਤਮ ਕਰ ਦਈਏ ਭਾਈ ਸਾਹਿਬ ਜੀ ਆਰਤੀਆ ਤੇ ਜੇ ਮੇਰਾ ਤੁਹਾਡਾ ਪਿਆਰ ਆ ਤੇ ਮੈਂ ਚੱਲ ਗਿਆ ਤੁਸੀਂ ਦੇ ਤਾ ਉਹਨਾਂ ਚੋਰਾ ਨੂੰ ਤੁਸੀਂ ਲੈਣਾ ਕੀ ਉਹਨਾਂ ਲਟੇਰਾ ਨੂੰ ਤੁਸੀਂ ਲੈਣਾ ਕੀ ਤੁਹਾਡੀ ਕੀਮਤ ਹੈਗੀ ਆਸ ਵਾਲੇ ਦੀ 1000 ਡਾਲਰ ਜੀ ਤੁਹਾਨੂੰ ਉਹਨਾਂ ਦੇਣੀ 200 ਡਾਲਰ ਆ ਕੱਲਾ ਕੱਲਾ ਮਾਂ ਦਾ ਪੁੱਤ ਉਹ ਤੇ ਕਿਸਾਨੀ ਨਾਲ ਮਰਨਾ ਵਾ ਜੇਕਰ ਇਹੋ ਯਾਰ ਆ ਤੇ ਜੇ ਆਪਾਂ ਇੱਥੇ ਨਾ ਇਕੱਠੇ ਹੋਏ ਮੈਂ ਕਿਸੇ ਪਾਰਟੀ ਦੇ ਗੇਸਟ ਨਹੀਂ ਆ ਸਾਰੇ ਆਪਾਂ ਆਪਣੇ ਸਿਆਣੇ ਵੀਰ ਸੁਣਨ ਵਾਲੇ ਵੀ ਤੇ ਬੋਲਣ ਵਾਲੇ ਵੀ ਤੇ ਜਿੰਨੇ ਭੈਣ ਭਰਾ ਆਏ ਆ ਬੇਨਤੀ ਹੱਥ ਜੋੜ ਕੇ ਆ ਵਾਕੀ ਸਾਰੇ ਜਾਣੇ ਇਕੱਠੇ ਹੋ ਜੋ ਪਾਰਟੀ ਤੋਂ ਉੱਤੇ ਉੱਠ ਕੇ ਮੇਰਾ ਆਪਣੇ ਭਰਾ ਨਾਲ ਬੋਲਚਾ ਨਹੀਂ ਆ ਪਰ ਐਸ ਮਸਲੇ ਦੇ ਮੈਂ ਇਕੱਠਾ ਆ ਆ ਤੁਹਾਡਾ ਪਿਆਰ ਦੁਨੀਆਦਾਰੀ ਵਿੱਚ ਮੈਸੇਜ ਹੋਣਾ ਚਾਹੀਦਾ ਸਾਰੇ ਪਰਿਵਾਰ ਦਾ ਵੀ ਭਈ ਪਿੰਡ 'ਚ ਤੁਸੀਂ ਬੋਲਦੇ ਜੇ ਤੁਸੀਂ ਨਹੀਂ ਬੋਲਦੇ ਪਰ ਘੱਟੋ ਘੱਟ ਤੁਸੀਂ ਆਪਸ ਵਿੱਚ ਅੱਜ ਇਕੱਠੇ ਹੋ ਜੋ ਤੇ ਜਦੋਂ ਤੁਹਾਡਾ ਆਪਣਾ ਹੱਕ ਲਿਆ ਗਿਆ ਤੇ ਸਿਰੇ ਫੇਰ ਲੜ ਲਿਓ ਵਿੱਚ ਕੋਈ ਦੋ ਗੱਲਾਂ ਨਹੀਂ ਆ ਅੱਜ ਦੀ ਡੇਟ ਵਿੱਚ ਸਾਨੂੰ ਇਕੱਠੇ ਹੋਣ ਦੀ ਲੋੜ ਆ ਉਹ ਚਾਹੇ ਪੰਡਤ ਭਰਾਵਾ ਆ ਪਾ ਬਾਣੀਆਂਵਾ ਚਾਹੇ ਸੁਨਿਆਰਾਵਾ ਚਾਹੇ ਜਿਹੜਾ ਮਰਜੀ ਆ ਇਹ ਨਾ ਸੋਚੋ ਕਿ ਕੱਲੀ ਕਿਸਾਨ ਨੂੰ ਹੀ ਕੋਟ ਪੈਣੀ ਤੇ ਕਿਸਾਨ ਦੇ ਪੁੱਤ ਨੂੰ ਹੀ ਪੈਣੀ ਆ ਇਹ ਲਾਲੇ ਦੀ ਦੁਕਾਨ ਤੇ ਵੀ ਉੱਥੋਂ ਜਾਣੇ ਜਾਣੇ ਆ ਇੱਕ ਜਿੱਦੀ ਪੈਂਦੇ ਵਿਆਹ ਤੇ ਉੱਥੋਂ ਜਾਣੇ ਜਾਣੇ ਆ ਸੋ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਵੀਰੋ ਸਾਰੇ ਹਮਲਾਵਾਰੋ ਇਕੱਠੇ ਹੋ ਤੇ ਆਪਣੀ ਪਾਰਟੀ ਯਾਤ ਪਾਤ ਉੱਪਰ ਇਕੱਠੇ ਹੋ ਨਹੀਂ ਤੇ ਇੱਕ ਦਿਨ ਦੂਰ ਨਹੀਂ ਜਦੋਂ ਤੁਹਾਡੇ ਸਾਡੇ ਪੁੱਤੇ ਰੋਣਗੇ ਜਾਂ ਫਾ ਲੈਣਗੇ ਕਿ ਵੀਰ ਸਾਡਾ ਰਹਿ ਕੁਛ ਨਹੀਂ ਤੇ ਰਹਿਣਾ ਕਿ ਜਿੱਦੀ ਤੁਹਾਡੀ ਪੈਲੀ ਆ ਤੁਹਾਡੇ ਦਾਣੇ ਸਾਡੇ ਖੋਲੇ ਆ ਤੁਹਾਨੂੰ ਹੱਕ ਨਹੀਂ ਤੁਹਾਡਾ ਦੇਣ ਦੇ ਤੇ ਤੁਸੀਂ ਲੈਣਾ ਕੀ ਅੰਤ ਨੂੰ ਸੂ ਸਾਈਡ ਆ ਅੱਜ ਨਹੀਂ 2 ਸਾਲ 6 ਮਹੀਨੇ ਠਹਿਰ ਕੇ ਜਦੋਂ ਮੇਰੇ ਘਰ ਦਾਣੇ ਨਹੀਂ ਮੇਰੇ ਘਰ ਉਹ ਜੇ ਮੇਰੇ ਬੱਚੇ ਆਪਜੀ ਸਾਰੇ ਪਰਿਵਾਰਾਂ ਵਾਲੇ ਆ ਸਾਰੇ ਬਣਾ ਅਸੀਂ ਚੋਣਦੇ ਆ ਕਿ ਅਸੀਂ ਪ੍ਰਸ਼ਾਦਾ ਪਾਣੀ ਆਪਣੇ ਬੱਚਿਆਂ ਨੂੰ ਵਧਿਆ ਦਈਏ ਫੂਡ ਦਈਏ ਸ਼ੂਜ਼ ਦਈਏ ਕਿਥੋਂ ਆਣੇ ਆ ਪੈਸੇ ਤੋਂ ਸਾਡੀ ਇਨਕਮ ਹੀ ਖਤਮ ਹੋ ਗਈ ਤੇ ਮੈਂ ਕਿੰਨਾ ਚਿਰ ਸਰਵਾਈਵ ਕਰੂੰਗਾ ਸਾਲ ਦੋ ਸਾਲ ਪਰ ਬੜੀਆਂ ਵੱਡੀਆਂ ਗੱਲਾਂ ਆ ਦਿਨ ਦਾ ਘਟਣੇ ਔਖੇ ਇਹਦੇ ਬਣੇ ਪੈਸੇ ਤੋਂ ਅਸੀਂ ਪਰਿਵਾਰਾਂ ਵਾਲੇ ਆ ਜੱਟ ਮਜ਼ਦੂਰ ਆ ਗੁਰੂ ਸਾਹਿਬਾਂ ਦਾ ਕੋਟਾਣ ਕੋਟ ਧੰਨਵਾਦ ਵੀ ਪਰਿਵਾਰ ਇੱਥੇ ਕਿਰਤ ਕਰਦਾ ਵਾ ਜਿੱਥੇ ਜਿੱਥੇ ਗਰਨਾਨਕ ਸਿੱਖ ਸੰਗਤ ਦੇ ਆਖਿਰਤ ਕਰਦੀ ਆ ਪਰ ਇੱਕੋ ਹੀ ਬੇਨਤੀ ਹੱਥ ਜੋੜ ਕੇ ਸਾਰੇ ਪਰਿਵਾਰ ਦੀ ਆਪਜੀ ਦਿਗਾੜੀ ਆ ਕਿ ਸਾਰੇ ਜਾਣੇ ਮੇਰੇ ਵੀਰ ਸਥਿਰ ਤਾਂ ਚੁਕੋ ਤੇ ਇਕੱਠੇ ਹੋ ਜਿਹੜਾ ਮਰਜੀ ਜਿਹਦੇ ਨਾਲ ਨਹੀਂ ਬੋਲਦਾ ਜਿਹੜਾ ਮਰਜੀ ਜਿਹਦੀ ਮਰਜੀ ਪਾਰਟੀ ਨਾਲ ਉਹਨੂੰ ਉਹਦੀ ਪਾਰਟੀ ਮੁਬਾਰਕ ਅੱਜ ਦਾ ਮੁੱਦਾ ਆ ਵੀ ਆਪਾਂ ਸਾਰੀਆਂ ਪਾਰਟੀਆਂ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਹੌਲਾ ਮਾਰੀਏ ਵੇਖੋ ਨਾ ਮੋਦੀ ਦੀ ਰਨ ਨਾ ਕਨ ਦਾ ਨੋ ਨਾ ਪੋਤ ਨਾ ਧੀਾਂ ਦੇ ਮੈਂ ਅੱਜ ਵੀ ਵੇਖਣਿਆ ਵੀ ਨੋ ਲਿਉਣੀ ਨਹੀਂ ਧੀ ਤੋੜ ਨਹੀਂ ਨਹੀਂ ਹਾਂ ਉਹ ਜਿਹੜੇ ਬੰਦੇ ਦਾ ਹੈ ਹੀ ਕੁਛ ਨਹੀਂ ਉਹ ਇੱਕ WhatsApp ਤੇ ਦੀ ਸਟੇਟਸ ਸਾਰੇ ਵੇਖਿਆ ਨਾ ਵਾ ਕਿ ਚਾਹ ਵੇਚਣ ਵਾਲਾ ਭਾਂਡੇ ਮਾਈਆਂ ਵਾਲੇ ਬੰਦੇ ਨੂੰ ਦੇਸ਼ ਦੇ ਤਾਂ ਦੇਸ਼ ਹੀ ਮਾਣ ਦੇਣ ਲੱਗਾ ਇਹ ਸੱਚ ਆ ਤੇ ਐਨੇ ਡੰਮ ਸੀ ਲੋਕ ਹੋ ਗਏ ਯਾਰ ਕਿ ਇੱਕ ਬੰਦੇ ਨੇ ਕਿਹਾ ਤਾਂ ਤੇ ਹੁਣ ਮੈਂ ਪਿੰਡ ਚ ਸਾਡੂ ਇੱਕ ਸਰਾਫ ਆ ਹਾ ਵੇਲੇ ਜਿਹੜਾ ਅੱਜ ਹਾਲਾਤ ਆ ਸਾਡੇ ਕਿ ਅਸੀਂ ਪਿੰਡ ਲੈਵਲ ਤੇ ਇਕੱਠੇ ਨਹੀਂ ਹੋਣ ਦੇ ਉਹ ਸਰਪੰਚ ਕਹਿੰਦਾ ਵਾ ਐਮਐਲਏ ਦਾ ਫੋਨ ਆ ਉਧਰ ਨਹੀਂ ਜਾਣਾ ਕਾਲੀਆਂ ਕੱਟ ਕੀਤਾ ਉਹ ਬੰਦਾ ਕਾਂਗਰਸੀਆਂ ਕੀਤਾ ਉਹ ਭੜੇ ਲੋਕੋ ਗੁਰੂ ਦੇ ਜੀ ਬਣ ਕੇ ਇੱਕ ਹਮਨਬੀਨ ਬਣ ਕੇ ਇਕੱਠੇ ਹੋ ਕਟੇ ਹੋ ਕੇ ਇੱਕ ਸੋਚ ਦੇ ਪੈਰਾ ਦੋ ਜਿੱਦਰ ਨੂੰ ਵੀ ਜਾਣਾ ਵਾ ਤੇ ਘਟੋ ਘਟ ਸਾਰਿਆਂ ਦੀ ਸੁਣੋ ਤੇ ਕਰੋ ਆਪਣੀ ਮਰਜ਼ੀ ਇਹ ਵੇਖਿਓ ਕਿ ਤੁਹਾਡੇ ਬੱਚਿਆਂ ਦੇ ਗਲਾਂ ਨੂੰ ਹੱਥ ਹੱਥ ਪੈਣਾ ਵਾ ਤੇ ਅੱਜ ਵੀ ਕੱਲ ਨੂੰ ਵੀ ਤੇ ਇਹਦੇ ਤੋਂ ਇੱਕੋ ਬੇਨਤੀ ਹੱਥ ਜੋੜ ਕੇ ਸਾਰੇ ਜਾਣਿਆਂ ਦੀ ਗਾੜੀ ਆ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉਠੋ ਤੇ ਏਕਤਾ ਤੇ ਹੱਕ ਦੇ ਸਾਥ ਚੱਲੀ ਕਰੋ ਜਿੰਨੇ ਵੀ ਕਿਸਾਨ ਭਰਾ ਵਾ ਜਿੰਦਾਬਾਦ ਆ ਤੇ ਜਿੰਦਾਬਾਦ ਰਹਿਣਗੇ ਪਸਾ ਦਾ ਰਹਿਣਗੇ ਇੰਨੀਆਂ ਬੇਨਤੀਆਂ ਤੋਂ ਬਾਅਦ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਜਿਹੜਾ ਹੁਣ ਬਹਾਵ ਚੱਲਿਆ ਹੋਇਆ ਪੰਜਾਬ ਦੇ ਵਿੱਚ ਉਹ ਲੀਡਰ ਲੈਸਾ ਕੋਈ ਲੀਡਰ ਉਹਨਾਂ ਦਾ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਮੇਰਾ ਇਹ ਸੁਝਾਵਾ ਜਿਹੜੇ ਮੇਰੇ ਭੈਣ ਭਾਈ ਉੱਥੇ ਇਕੱਠੇ ਹੋਏ ਇਸ ਵਕਤ ਇੱਕ ਜੋ ਟ੍ਰੈਨ ਤੇ ਕਿਸੇ ਦੇ ਜਿਹੜੇ ਪੋਲੀਟੀਕਲ ਲੀਡਰ ਆ ਉਹਨਾਂ ਤੋਂ ਬਚ ਕੇ ਰਹਿਣਾ ਤੇ ਕੋਮ ਵਾਕਿਆ ਲੀਡਰ ਲੈਸਾ ਪਰ ਇਹਨਾਂ ਦੇ ਵਿੱਚੋਂ ਲੀਡਰ ਨਿਕਲ ਸਕਦੇ ਆ ਜੇ ਕੋਮ ਸਿਹਰਦ ਹੋਏ ਤੇ ਤੇ ਬਹੁਤ ਚੰਗੇ ਚੰਗੇ ਬੰਦੇ ਹੈਗੇ ਆ ਇਸ ਵਕਤ ਧਰਨਿਆਂ ਦੇ ਵਿੱਚ ਜਿਹੜੇ ਕੋਮ ਦੀ ਵਾਗਡੋਰ ਸੰਭਾਲ ਸਕਦੇ ਆ ਉਹਨਾਂ ਨੂੰ ਲੱਭਣ ਦੀ ਲੋੜ ਆ ਤੇ ਜਰੂਰ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਇਦਾਂ ਕਰਨ ਪਰ ਲੜਨ ਨਾ ਇੱਕ ਮੰਚ ਤੇਲੇ ਇਕੱਠੇ ਹੋਣ ਸਾਰੇ ਜਿੰਨੇ ਭੈਣ ਭਰਾ ਹੈਗੇ ਆ ਤੇ ਮੇਰੇ ਖਿਆਲ ਨਾਲ ਕੁਛ ਨਾ ਕੋਈ ਲੈ ਕੇ ਨਿਤਾਰੇ ਤੇ ਪਹੁੰਚਣਗੇ ਪਰ ਇਹ ਆ ਵੀ ਜਿਹੜੇ ਆਰਡੀਨੈਂਸ ਉਹ ਬਹੁਤ ਮਾੜੇ ਆ ਜੀ ਕਿਉਂਕਿ ਜਿੰਨੇ ਵੀ ਆਰਡੀਨੈਂਸ ਆਏ ਆ ਉਹਦੇ ਕੁੰਡੀ ਇੱਕ ਦੂਜੇ ਨਾਲ ਅਟੈਚ ਆ ਕਹਿੰਦਾ ਭਾਬੀ ਪੂਰਾ ਗਲਮੇ ਤੇ ਹੱਥ ਪਾਇਆ ਪਿਆ ਉਹਨਾਂ ਨੇ ਜੀ ਤੇ ਜਿੰਨੇ ਅਸੀਂ ਇੱਕ ਜੋੜਨੇ ਹੋਇਆ ਉਹਨਾਂ ਚੋਂ ਚੋਂ ਨਿਕਲ ਨਹੀਂ ਸਕਦੇ ਜੀ ਤੇ ਬਾਕੀ ਵੀਰਾਂ ਨੇ ਸਭ ਕੁਝ ਦੱਸ ਹੀ ਦਿੱਤਾ ਸਾਰੇ ਡਿਟੇਲ ਦੇ ਵਿੱਚ ਤੁਹਾਨੂੰ ਜੀ ਭਾਈ ਦਿਲਜੀਤ ਸਿੰਘ ਜੀ ਤੁਸੀਂ ਇਸ ਵੇਲੇ ਜਿਹੜੇ ਵੀਰ ਧਰਨਾ ਲਾਈ ਬੈਠੇ ਆ ਉਹਨਾਂ ਲਈ ਤੁਸੀਂ ਕੋਈ ਐਸੀ ਸਲਾਹ ਦੋਗੇ ਵੀ ਆਹ ਕੰਮ ਕਰੋ ਵੀਰ ਮੈਂ ਨਾ ਕਿ ਸਾਡੇ ਉਹ ਮੇਰੇ ਵੀਰ ਆ ਸਾਡੇ ਬਜ਼ੁਰਗ ਆ ਨਾ ਅਸੀਂ ਉਸੇ ਧਰਤੀ ਦੇ ਆ ਮੇਰੇ ਬੱਚੇ ਆ ਤੇ ਬੱਚਿਆਂ ਨੇ ਮੈਂ ਕੱਲ ਅਸੀਂ ਜਦੋਂ ਉਹਨਾਂ ਵਾਸਤੇ ਹੀ ਮੁਜਾਰਾ ਕੀਤਾ ਐਮਬੈਸੀ ਅੱਗੇ ਸਨ ਫਰਾਂਸ ਕੋਲ ਬੜਾ ਬੜਾ ਕੱਲ ਮੁਜਾਰਾ ਹੋਇਆ ਵਾ ਉਹ ਅਸੀਂ ਵੀ ਇਸ ਵਾਰ ਤੇ ਕੀਤਾ ਕਿ ਇਹ ਉਹ ਸਾਡੇ ਭਰਾ ਨਾ ਫਿਰ ਕਹਿੰਗੇ ਅਸੀਂ ਕੱਲੇ ਆ ਜੀ ਇੱਕ ਮੈਸੇਜ ਭੇਜਿਆ ਵਾ ਹਾਲਾਂਕਿ ਮੈਂ ਮੁਜਾਰਾ ਦੇ ਹੱਕ ਜੀ ਨਹੀਂ ਹੈਗਾ ਜੀ ਪਰ ਮੈਂ ਫਿਰ ਵੀ ਗਿਆ ਵਾਂ ਇਸ ਕਰਕੇ ਕਿ ਭਰਾ ਕਿੰਨਾ ਕੱਟ ਸੀ ਉੱਥੇ ਜੀ ਕਟ तकरीबन 2.5 300 ਬੰਦੇ ਤੋਂ ਉੱਪਰ ਸੀਗਾ ਤੇ ਤੁਸੀਂ ਐਮਬੈਸੀ ਜਾ ਕੇ ਕੋਈ ਮੈਮੋਰੰਡਮ ਵਗੈਰਾ ਜਿਵੇਂ ਇੰਡੀਆ ਚ ਦਿੰਦੇ ਆ ਕੋਈ ਪੱਤਰ ਵਗੈਰਾ ਉੱਥੋਂ ਦੇ ਕਿਸੇ ਨੂੰ ਦਿੱਤਾ ਕਿ ਨਹੀਂ ਜੀ ਵੀਰ ਜੀ ਉਹ ਅਸਲ ਵਿੱਚ ਨਾ ਸਾਡੇ ਮੱਥੇ ਨਹੀਂ ਲੱਗਦੇ ਉਹ ਜੀ ਮੈਂ ਜਦੋਂ ਇਹ ਜਾਣੇ ਆ ਨਾ ਅਸੀਂ ਜਾਣੇ ਆ ਮੈਂ ਸੁਣਿਆ ਪੁੱਤ ਬੂਵੇ ਨਹੀਂ ਖੋਲਦੇ ਹਾਂ ਜੀ ਸੁਣਿਆ ਵੀ ਉੱਥੇ ਕੋਈ ਮਤੇ ਵੀ ਪਾਸ ਕੀਤੇ ਗਏ ਆ ਕੋਈ ਇਸ ਤਰ੍ਹਾਂ ਦਾ ਕਿਹੜੇ-ਕਿਹੜੇ ਉਹ ਮਤੇ ਸੀ ਜਿਹੜੇ ਐਮਬੈਸੀ ਦੇ ਸਾਹਮਣੇ ਤੁਸੀਂ ਰੋਜ਼ ਮੁਜ਼ਾਰਾ ਕੀਤਾ ਕਿਹੜੇ ਮਤੇ ਸੀ ਉਹ ਵੀਰ ਜੀ ਮੈਨੂੰ ਮੈਂ ਨਾ ਬੇਸਿਕਲੀ ਉਸ ਗੱਲ ਤੇ ਚੰਦ ਨਹੀਂ ਗੱਲ ਕਰਨੀ ਕਿਉਂਕਿ ਮੈਂ ਉਹਨੂੰ ਚੰਗਾ ਐਗਰੀ ਨਹੀਂ ਕਰਦਾ ਜੀ ਠੀਕ ਹੈ ਮੈਂ ਤੁਹਾਨੂੰ ਇਹਦਾ ਦਾਦਾ ਸੈਂਪਲ ਦੀ ਗੱਲ ਲੈ ਕੇ ਪੀ ਜਿਹੜਾ 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 ਸਾਡਾ ਸੀਗਾ ਜਾਨਦਾ ਮਕਸਦ ਉਥੇ ਜੀ ਸਾਡਾ ਮਕਸਦ ਇਹਨਾ ਸੀ ਕਿ ਇੱਕ ਮੈਸੇਜ ਪਾਉਣਾ ਸੀ ਗੱਲ ਆ ਜੀ ਕਿਸਾਨਾਂ ਨੂੰ ਤੇ ਭਰਾ ਅਸੀਂ ਤੁਹਾਡੇ ਨਾਲ ਨਾਲ ਲਿਆ ਹੁਣ ਇਹ ਨਹੀਂ ਗੱਲ ਕਹਿੰਦੇ ਕਿ ਸੁਝਾਅ ਕੀ ਜਿਹੜੇ ਉੱਥੇ ਬੈਠੇ ਆ ਹਾਂਜੀ ਠੀਕ ਹੈ ਸੁਝਾਅ ਵੀਰੇ ਬੜਾ ਇੱਕ ਸੈਂਪਲ ਸੁਝਾਅ ਵਾ ਸਾਨੂੰ ਪਿੱਛੇ ਮੁੜਨਾ ਪੈਣਾ ਸਾਨੂੰ ਘਰਨ ਵਾਸਤੇ ਮੁੜਨਾ ਪੈਣਾ ਸਾਨੂੰ ਕਿਤੇ ਅਸੀਂ ਅੱਗੇ ਲੰਗੇ ਹੋਏ ਆ ਕਿਤੇ ਤੁਹਾਡੇ ਹਾਂ ਜੀ ਕਾਫੀ ਅੱਗੇ ਲੰਗੇ ਅਸੀਂ ਅੱਗੇ ਲੰਘਦੇ ਲੰਘ ਗਏ ਆ ਕਿ ਜਿਹੜੀ ਗੱਲ ਸਾਨੂੰ ਗੁਰੂ ਨੇ ਕਹੀ ਸੀਗੀ ਸਾਨੂੰ ਬਜ਼ੁਰਗਾਂ ਨੇ ਕਹੀ ਸੀਗੀ ਸਾਨੂੰ ਲੱਗਾ ਕਿ ਸ਼ਾਇਦ ਉਹ ਮੂਰਖੀ ਸੀਗੇ ਅਸੀਂ ਜਿਆਦਾ ਸਿਆਣੇ ਹੋ ਗਏ ਆ ਪਰ ਸਾਨੂੰ ਬਜ਼ੁਰਗਾਂ ਦੀ ਮੰਨਣੀ ਪੈਣੀ ਆ ਜੇ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨ ਦਿੱਤੀ ਆ ਤੇ ਸਾਨੂੰ ਨਾਲ ਨੇ ਦਿੱਤੀ ਆ ਜੀਨਵਾ ਤੇ ਅਣਖ ਦਿੱਤੀ ਨਾਲ ਨੇ ਅੱਜ ਅਸੀਂ ਸ਼ੁਭਰ ਜੀ ਕਰਨ ਦੇ ਆ ਅਸੀਂ ਅੱਜ ਵੀ ਅਸੀਂ ਤੇ ਬੜੇ ਵਿਚਾਰੀ ਕੌਮ ਆ ਅਸੀਂ ਅਹੀਂ ਤੇ ਲੰਗਰ ਲਾਉਨੇ ਆ ਜੀ ਅਹੀਂ ਤੇ ਬੜੇ ਭਲੇ ਮਾਸ ਲੋ ਗਿਆ ਉਹ ਭਲਿਓ ਮਾਸ ਉਹ ਤੁਹਾਡੇ ਮੂੰਹ ਤੇ ਦਾੜਾ ਵਾ ਅਨਿਸ਼ਾਨੀ ਦੀ ਸ਼ੇਰ ਦੀ ਉਹ ਸ਼ੇਰ ਕੇ ਮੈਂ ਗਿੱਦੜਿਆ ਮੈਂ ਹੁਣ ਕਾ ਖਾਣਾ ਵਾ ਤੇ ਕਹਿੰਦੇ ਫਿਰ ਕਾ ਖਾਣ ਨੂੰ ਛੱਤਰ ਵੀ ਖਾ ਜਿੰਨਾ ਚਿਹਰੇ ਸ਼ੇਰ ਮੀਰ ਖਾਂਦਾ ਹੀ ਨਾ ਉਹਨਾਂ ਜਿਹੜੇ ਡਰਦੇ ਲੋਕੇ ਦੇ ਕੋਲ ਜੋ ਸ਼ੇਰ ਨੇ ਕਾ ਸ਼ੁਰੂ ਕਰਤਾ ਖਾਣਾ ਤੇ ਉਹ ਹੁਣ ਕਹਿੰਦੇ ਵੀ ਨਹੀਂ ਇਹਦਾ ਮਲਵਾਨ ਵੀ ਤੁਸੀਂ ਮੀਰ ਖਾਂ ਰਹਾ ਮਤਲਬ ਨਹੀਂ ਕਹ ਮੇਰਾ ਮਤਲਬ ਆ ਵੀ ਜਿਹੜਾ ਸਿੱਖ ਆ ਨਾ ਉਹਨੂੰ ਆਪਣੇ ਗੁਰੂ ਤੇ ਮਾਨ ਹੋਣਾ ਚਾਹੀਦਾ ਵਾ ਕਿ ਚਾਰ ਪੁੱਤ ਵਾਰ ਕੇ ਸਾਨੂੰ ਸਿੱਖੀ ਦਿੱਤੀ ਆ ਤੇ ਜੀਏ ਭਾਵੇਂ ਕੁ ਦਿਨ ਜੀਏ ਪਰ ਈਮਾਨਦਰ ਨਾਲ ਜੀਏ ਜਦੋਂ ਤੁਸੀਂ ਗੱਲ ਕੀਤੀ ਸੀਗੀ ਕਿ ਬਾਦਲ ਦੇ ਪਲਨਾ ਲੈ ਰਾਈਟ ਬਾਦਲ ਕੈਪਟਨ ਜਿਹੜਾ ਮਰਨ ਜੀ ਹੋਵੇ ਹੁਣਵੇਂ ਕੇਜਰੀਵਾਲ ਜਾਂ ਕੰਜਰੀਵਾਲ ਜਿਹੜਾ ਮਰ ਜੀ ਹੋਵੇ ਸਾਰੇ ਇੱਕ ਹੀ ਸਭ ਚੱਠੇ ਵਟੇ ਸਭ ਇੱਕ ਹੀ ਆ ਇਹਨਾਂ ਨੇ ਇੱਕ ਹੀ ਤਿਆ ਕੀਤਾ ਵਾ ਕਿ ਜਿਹੜਾ ਤੁਹਾਡਾ ਮੂੰਹ ਤੇ ਦਾੜਾ ਨਾਲ ਸ਼ੇਰਾਂ ਵਾਲਾ ਮਰਨੇ ਬਖਸ਼ਿਆ ਵਾ ਇਹਨਾਂ ਨੂੰ ਚੁਬਦਾ ਆ ਇਹਨਾਂ ਨੂੰ ਚੁਬਦਾ ਵਾ ਹੁਣ ਜਿਹੜੇ ਉਹ ਸਿੰਘ ਬੈਠੇ ਮੇਰੇ ਵੀਰ ਉਹਨਾਂ ਨੂੰ ਤੇ ਹੱਥ ਜੋੜ ਕੇ ਪਹਿਲਾਂ ਮੇਰੀ ਬੇਨਤੀ ਹੈ ਕਿ ਵੀਰੋ ਜੇ ਸੱਚੀ ਤੁਸੀਂ ਪੰਜਾਬ ਦੇ ਪੋਤੇ ਆ ਨਾ ਤੇ ਵੇਖੋ ਅਸੀਂ ਜੇ ਤੁਸੀਂ ਕੈਮਰਾ ਕਮਾ ਸਕਦੇ ਆ ਤੇ ਇਹਨਾਂ ਵੀਰਾਂ ਨੂੰ ਵੇਖੋ ਕਮਾ ਕੇ ਆ ਸਾਰਾ ਪਰਿਵਾਰ ਆ ਸਾਰੇ ਸਾਰਿਆਂ ਨੂੰ ਛਾਤੀ ਮਾਰੋ ਇੱਥੋਂ ਦੇ ਜੰਪਲ ਬੱਚੇ ਆ ਇੱਥੋਂ ਦੇ ਤੇ ਇਹਨਾਂ ਦੇ ਚਿਹਰੇ ਵੇਖੋ ਮਹਿਤਾਬ ਸਿੰਘ ਸੁਖਾ ਸਿੰਘ ਸੋਭਾ ਸਿੰਘ ਇੰਦਵੀ ਸਿੰਘ ਸਹਿਬ ਸਿੰਘ ਆ ਇਹਨਾਂ ਦੇ ਨਾਮ ਆ ਤੇ ਇਹਨਾਂ ਨੂੰ ਪੁੱਛੋ ਤੇ ਮੇਰੇ ਤੋਂ ਵੱਧ ਤੁਹਾਨੂੰ ਦੱਸਣਗੇ ਪੰਜਾਬ ਬਾਰੇ ਆ ਗੁਰਬਾਣੀ ਚ ਇੱਕ ਬਚਨ ਆਂਦਾ ਰੱਖੋ ਖੇਤੀ ਹਰ ਗੁਰਹੇਤੀ ਜਾਗਤ ਚੋਰ ਨਾ ਲੱਗੇ ਗੁਰਬਾਣੀ ਦਾ ਵਚਨ ਹੈ ਵੀ ਜੇ ਜਾਗਦੇ ਆਪਣੀ ਖੇਤੀ ਨੂੰ ਸੰਭਾਲਿਆ ਜਾ ਸਕਦਾ ਹੈ ਗੁਰੂ ਦੇ ਹੇਤ ਨਾਲ ਉਹ ਇੱਕ ਖੇਤੀ ਹੈ ਸਾਡੀ ਅੰਦਰਲੀ ਤੇ ਇੱਕ ਖੇਤੀ ਹੈ ਸਾਡੀ ਬਾਹਰਲੀ ਤੁਸੀਂ ਆ ਇੱਕ ਤਾਂ ਆ ਖੇਤੀ ਸੰਭਾਲ ਰਹੇ ਹੋ ਤੇ ਪੰਜਾਬ ਦੇ ਵਿੱਚ ਜੇ ਖੇਤੀ ਦਾ ਇਸ ਵੇਲੇ ਹਾਲਾਤ ਨੇ ਉਹਦੇ ਲਈ ਤੁਸੀਂ ਮੰਨਦੇ ਹੋ ਕਿਸਾਨ ਵੀ ਥੋੜੇ ਬਤ ਜਿਵੇਂ ਮੈਂ ਬੇਤਿਆ ਲਗਿਆ ਵਾਂ ਕਿ ਜਿਹੜੀ ਆ ਖੇਤੀ ਹੈ ਨਾ ਜੀ ਆ ਖੇਤੀ ਸੰਭਾਲੀ ਤੇ ਦੂਜੀ ਖੇਤੀ ਆਪੇ ਸੰਭੀ ਜਾਣੀ ਆ ਹੁਣੇ ਕੀਤਾ ਕੀ ਅਹੀਂ ਗੁਰੂ ਨੂੰ ਛੱਡ ਕੇ ਅਹੀਂ ਨਸ਼ੇ ਅਪਣਾ ਲਏ ਠੀਕ ਆ ਅਹੀਂ ਆਪਣਾ ਲਈ ਠੱਗੀ ਜੀ ਅਹੀਂ ਆਪਣਾ ਲਈ ਬੇਈਮਾਨੀ ਜੀ ਅਹੀਂ ਲੀਡਰਾਂ ਦੇ ਛੱਠੇ ਵਟੇ ਬਣ ਗਏ ਜੀ ਕੋਈ ਬਾਦਲਾ ਮਰ ਕੋਈ ਕੈਪਟਨ ਮਰ ਕੋਈ ਕੇਜਨਲ ਮਰ ਪਰ ਗੁਰੂ ਮਰ ਕੌਣ ਤੁਰਿਆ ਜਿਸ ਗੁਰੂ ਦੀ ਇਨ੍ਹਾਂ ਲੋਕਾਂ ਨੇ ਨਰਾਜ਼ਗੀ ਕੀਤੀ ਆ ਕਿ ਉਦੋਂ ਸਾਡੇ ਭਰਾ ਕਿੱਥੇ ਚਲ ਗਏ ਜੀ ਮੇਰਾ ਆਪਣਾ ਇੱਕ ਸਵਾਲ ਹੈ ਮੇਰੇ ਵੀਰਾਂ ਨੂੰ ਵੀ ਵੀਰੋ ਜਿਸ ਗੁਰੂ ਦਿੱਤਾ ਪਾਖਾਂਡੇ ਆ ਜਿਸ ਗੁਰੂ ਦਿੱਤਾ ਵਰਤਾਂਡੇ ਆ ਤੇ ਜਿਸ ਦਿਨ ਗੁਰੂ ਦੀ ਨਾਰਾਜ਼ਗੀ ਉਹ ਤਾਂ ਤੁਸੀਂ ਮਰ ਗਏ ਸੀਗੇ ਉਹਦੋਂ ਤੇ ਕਿੱਥੇ ਗਏ ਤੁਸੀਂ ਗੱਲ ਆ ਵਕ ਜਿੱਦਨਾ ਚ ਨਹੀਂ ਗੁਰੂ ਨਾਲ ਜੁੜਦੇ ਮਤਲਬ ਆ ਵਾ ਗੁਰੂ ਦਾ ਮਤਲਬ ਆ ਵਾ ਕਿ ਸੱਚ ਨਾਲ ਸਾਨੂੰ ਜੁੜਨਾ ਪੈਣਾ ਵਾ ਉਹਨਾਂ ਦੇ ਕੋਲ ਇੱਕ ਹੀ ਹਾਲ ਆ ਉਹ ਹਾਲ ਆ ਕਿ ਆਪਣੇ ਦਿਲਾਂ ਚੋਂ ਬੇਈਮਾਨੀ ਕੱਢ ਕੇ ਨਾ ਤੇ ਭਰਾ ਬਣੀਏ ਰਾ ਬਣੀ ਇੱਕ ਦੂਜੇ ਦੇ ਆ ਮਿਟਾ ਦਈਏ ਕਿ ਆ ਮਜ਼ਦੂਰ ਆ ਜੀ ਆ ਮਜਬੀ ਆ ਜੀ ਨਹੀਂ ਗੁਰੂ ਨੇ ਕਹਿ ਗਿਆ ਨਹੀਂ ਸਾਰੇ ਮੇਰੇ ਪੋਤੇ ਆ ਤੇ ਮੇਰਾ ਗੁਰੂ ਆ ਤੇ ਸਾਰੇ ਪੋਤੇ ਪਹਿਲਾਂ ਦੇ ਪੁੱਤ ਬਣੀ ਆ ਮਿਟਾ ਦਈਏ ਕਿ ਆ ਚਮਿਆਰ ਆ ਜੀ ਆ ਰਵਿਦਾਸੀ ਆ ਜੀ ਨਹੀਂ ਆ ਸਿੱਖ ਆ ਆ ਪੰਜਾਬੀ ਆ ਪੰਜਾਬ ਦਾ ਵਾਸੀ ਆ ਚ ਕੋਈ ਹਿੰਦੂ ਵਾਲੀ ਗੱਲ ਨਹੀਂ ਕੋਈ ਮੁਸਲਮਾਨ ਵਾਲੀ ਗੱਲ ਨਹੀਂ ਅਹੀਂ ਸਾਰੇ ਪੰਜਾਬ ਦੇ ਵਾਸੀ ਆ ਉਸ ਗੁਰੂ ਦੇ ਧਰਤੀ ਦੇ ਵਸਦੇ ਆ ਜਿਨੇ ਆਪਣਾ ਸਿਰ ਦੱਦਲੀ ਜਾ ਕੇ ਜਿੰਨੇ ਆਪਣੇ ਧੀਆਂ ਪੁੱਤ ਵਾਰ ਤੇ ਇਹ ਪੰਜਾਬ ਦੇ ਸਿੱਖੀ ਵਾਸਤੇ ਉਹਨਾਂ ਦਾ ਜਿਹੜਾ ਹਾਲ ਹੈ ਇਹ ਵੀ ਪਹਿਲਾਂ ਨਸ਼ੇ ਤਿਆਗੋ ਜੀ ਪੜ੍ਹਾਈ ਐਜੂਕੇਸ਼ਨ ਲੈਣੀ ਪੈਣੀ ਆਪਾਂ ਨੂੰ ਜੀ ਐਜੂਕੇਸ਼ਨ ਲਓ ਨਸ਼ੇ ਛੱਡੋ ਤੇ ਸੱਚੇ ਪਾਸ਼ਾ ਕਿਰਪਾ ਕਰੇ ਸਿੱਖੀ 'ਚ ਆਓ ਜੀ ਤੇ ਸਿਧਾਣਾ ਵੀਰਿਆ ਦੀਪ ਵੀਰਿਆ ਉਥੇ ਜਿੰਨੇ ਵੀ ਵੀਰਿਆ ਮੈਂ ਸਾਰਿਆਂ ਦਾ ਬਹੁਤ ਦਿਲੋਂ ਸਤਿਕਾਰ ਕਰਦਾ ਵਾਂ ਪਰ ਇੱਕ ਗੱਲ ਇਹ ਜਰੂਰ ਮੰਨਦੇ ਆ ਪਰ ਗੁੱਜੀ ਗੁੱਜੀ ਮੰਨਦੇ ਆ ਕਿ ਆਹ ਮਸਲਾ ਹੋਣਦਾ ਵਾ ਮਸਲਾ ਕਿਸਾਨੀ ਦਾ ਨਹੀਂ ਗਾ ਮਸਲਾ ਹੋਣ ਦਾ ਵਾ ਸਾਡੀ ਹੋਂਦ ਨੂੰ ਖਤਰਾ ਵੀਰ ਸਾਡੇ ਬੱਚਿਆਂ ਨੂੰ ਅਨਪੜਤਾ ਵੇਖੋ ਬੱਚੇ ਸਕੂਲ ਵੀ ਨਹੀਂ ਪੰਜਾਬ ਦੇ ਕੀ ਆ ਇਹ ਕੁਝ ਲੋਕ ਪਹਿਲੇ ਇਹ ਕਹਿੰਦੇ ਸੀ ਵੀ ਜਦੋਂ ਕਸ਼ਮੀਰ ਦੇ ਵਿੱਚ 370 ਧਾਰਾ ਹਟਾਈ ਗਈ ਹੈ ਹਾਂਜੀ ਉਦੋਂ ਕਹਿੰਦੇ ਸੀ ਵੀ ਹੁਣ ਅਗਲਾ ਨਿਸ਼ਾਨਾ ਪੰਜਾਬ ਦਾ ਕੀ ਤੁਸੀਂ ਮੰਨਦੇ ਹੋ ਇਹੀ ਨਿਸ਼ਾਨਾ ਪੰਜਾਬ ਦਾ ਸੀ ਤੇ ਬਾਬਾ ਜੀ ਹੁਣ ਤੇ ਚੈੱਕ ਕਰੋ ਆਰਮੀ ਆ ਗਈ ਸਾਡੇ ਤੇ ਪੰਜਾਬ ਆਰਮੀਆਂ ਨੂੰ ਲੱਗਣਾ ਲਾਤੀ ਆ ਤੇ ਉਹ ਜਿਹੜਾ ਕੱਲ ਦੀਪ ਨੇ ਕਿਹਾ ਵੀ ਨੇ ਮੈਂ ਸੁਣਦਾ ਸੀ ਅੱਜ ਸਵੇਰ ਦੀ ਗੱਲ ਮੈਂ ਕਹਿੰਦਾ ਵੀ ਵੀਰ ਨੂੰ ਕਹਿੰਦਾ ਵੀ ਤੁਸੀਂ ਹਟ ਜਾਓ ਪਰ ਇਹ ਤੇ ਛੱਡ ਦੋ ਤੇ ਕਿੰਨੇ ਮੁੰਡੇ ਨਰਾਜ਼ ਹੋਣਗੇ ਸੋਚ ਤਾਂ ਵੀਰ ਦੀ ਬੜੀ ਸਿਆਣੀ ਆ ਵੀ ਛੱਤਰ ਖਾ ਕੇ ਮੋਨ ਨੂੰ ਚੰਗਾ ਵਾ ਕਿ ਇਹਨੂੰ ਇਹਨੂੰ ਹਰ ਇੱਕ ਸਟੇਟ ਤੇ ਲੈ ਕੇ ਜਾਈਏ ਮੁੱਦੇ ਨੂੰ ਇਹਨੂੰ ਮੁੱਦਾ ਕਰੀਏ ਨੇਸ਼ਨ ਵਾਈਡ ਪਹਿਲਾਂ ਫਿਰ ਜਗ ਦਿੱਲੀ ਨੂੰ ਘੇਰੀਏ ਉਹ ਆ ਬਹੁਤ ਵਧੀਆ ਗੱਲ ਆ ਸਿਆਣੀ ਗੱਲ ਆ ਪਰ ਉਹਨੂੰ ਵੀ ਪਤਾ ਵਾਸਲ ਵਿੱਚ ਦੀਪ ਨੂੰ ਵੀ ਪਤਾ ਵਾ ਲੱਖੇ ਵੀਰ ਨੂੰ ਵੀ ਪਤਾ ਵਾ ਕਿ ਸਾਡੇ ਜਿਹੜੇ ਬੱਚੇ ਆਉਣ ਜਨਰੇਸ਼ਨ ਆ ਬਚ ਨਹੀਂ ਨਹੀਂ ਗਿਆ ਆਈਡੀ ਆ ਜੀ ਕਸ਼ਮੀਰ ਦੇ ਵਿੱਚ ਤੇ ਤੁਸੀਂ ਮੰਨਦੇ ਹੋ ਵੀ ਜਿਹੜੇ ਦੀਪ ਸਿੱਧੂ ਐ ਲੱਖਾ ਸਧਾਨਾ ਵੀਰ ਹੈਗੇ ਐ ਇਹ ਜਸਪਾਲ ਜਿਹੜੇ ਭਰਾ ਹੈਗੇ ਐ ਜਿਹੜੇ ਲੱਗੇ ਹੋਏ ਆ ਟੀਮ ਵਰ ਕਲਾਕਾਰ ਭਰਾ ਹੈਗੇ ਵੀ ਇਹ ਇਹਨਾਂ ਨੂੰ ਪੰਜਾਬ ਦੀ ਪੋਲਿਟੀਕਲ ਉਹਦੇ ਵਿੱਚ ਰਾਜਨੀਤੀ ਵੀ ਚਾਣਾ ਚਾਹੀਦਾ ਫਿਰ ਉਹ ਰਾਜਨੀਤੀ ਜਿਹੜਾ ਨਹੀਂ ਕਿਹਾ ਹੁਣ ਮੈਨੂੰ ਉਹਨਾਂ ਬਾਰੇ ਮੈਂ ਸੁਣਿਆ ਜਿਹੜਾ ਸੁਧਾਰ ਹੈ ਸੁਧਾਰ ਤਾਂ ਆਮ ਕਰਕੇ ਕਹਿੰਦੇ ਵੀ ਜਦੋਂ ਵੀ ਕਿਸੇ ਨੂੰ ਕੋਈ ਗੱਲ ਕਹਿੰਦੇ ਵੀ ਤੁਸੀਂ ਇੱਥੇ ਆ ਜਾਓ ਇਹ ਤਾਜ ਬਹੁਤ ਔਖਾ ਵਾ ਇਹ ਤੁਸੀਂ ਰਾਜਨੀਤਿਕ ਬਣ ਕੇ ਦੇਖੋ ਕਾਨੂੰਨ ਨੂੰ ਕਾਨੂੰਨ ਨਾਲ ਮਾਰਿਆ ਜਾ ਸਕਦਾ ਆਮ ਕਰਕੇ ਕਹਿੰਦੇ ਆ ਵੀ ਜੇ ਕਾਨੂੰਨ ਦੇ ਵਿੱਚ ਕੋਈ ਤਬਦੀਲੀ ਕਰਨੀ ਹੈ ਕਾਨੂੰਨ ਦੇ ਰਾਹੀਂ ਹੋ ਸਕਦੀ ਹੈ ਤੇ ਫਿਰ ਕਿਉਂ ਨਾ ਇਹਨਾਂ ਨੂੰ ਤੁਸੀਂ ਮੰਨ ਲਿਓ ਕਿੰਨੇ ਕਿੰਨੇ ਐਮਪੀ ਬਣ ਕੇ ਪੰਜਾਬ ਚਲੋ ਮੰਨ ਲਓ ਜੇ ਸਿੱਧੂ ਬਣ ਗਿਆ ਦੀਪ ਸਿੱਧੂ ਬਣ ਗਿਆ ਸਾਰਾ ਪੰਜਾਬ ਜਿੱਤ ਗਿਆ ਕਿੰਨੇ ਮੈਂਬਰ ਬਣ ਕੇ ਤੇਰਾ ਬਨਗੇ ਤੇਰਾ ਬਨਗੇ ਦਿੱਲੀ ਕਿਨੇ ਬੈਠੇ ਆ ਬੱਬਾ ਜੀ ਅਸੀਂ ਨਾ ਅਸੀਂ ਬਿਲਕੁਲ ਰੋਂਗ ਟ੍ਰੈਕ ਤੇ ਆ ਜੀ ਬੰਦਾ ਸਿੰਘ ਬਹਾਦਰ ਜਦੋਂ ਤੁਰੇ ਸੀ ਨਾ ਨਦੇੜ ਤੋਂ ਜੀ ਤੇ ਉਹ ਹੌਲੀ ਹੌਲੀ ਪਿੰਡਾਂ ਦਾ ਪਿੰਡਾਂ ਦਾ ਤੁਰੇ ਆਏ ਤੇ ਪ੍ਰਚਾਰ ਕਰਦੇ ਆਏ ਫੌਜਾਂ ਨਾਲ ਜੋੜਦੇ ਆਏ ਤੇ ਉਹਨਾਂ ਆਣ ਕੇ ਲਖਨਵੀ ਸਰਦਾਰਾਂ ਨੇ ਕਿਹ ਪਲਖਨ ਲੈਣੀ ਆਂ ਅਸੀਂ ਉਹਨਾਂ ਸਰਾਧ ਨੂੰ ਫਤਹਿ ਕੀਤਾ ਆਣ ਕੇ ਸਾਨੂੰ ਦਿੱਲੀ ਫਤਿਹ ਕਰਨੀ ਪੈਣੀ ਹੈ ਵੀਰ ਸਾਨੂੰ ਸੱਚੀ ਗੱਲ ਆੜੀ ਆ ਕਿ ਜਿਹੜਾ ਆਜਾਦ ਘਰਿਆ ਨਾ ਆਜਾਦ ਘਰ ਮਤਲਬ ਤਾਂ ਕੀ ਹੁੰਦਾ ਵਾ ਹੁਣ ਆ ਜਮੀਨ ਨਹੀਂ ਬਾਏ ਕੀਤੀ ਆ ਜੀ ਜਿਹੜੀ ਜਮੀਨ ਬਾਏ ਕੀਤੀ ਆ ਤੇ ਮਤਲਬ ਮੈਂ ਇੱਥੇ ਨਹੀਂ ਰਿਹਾ ਮੈਂ ਬਾਹਰ ਚਲ ਗਿਆ ਤੇ ਮੇਰੇ ਬੱਚੇ ਇੱਥੇ ਸੀਗੇ ਜੀ ਤੇ ਕੋਈ ਮੇਰਾ ਗਵੰਡੀ ਨੇ ਵੇਖਿਆ ਕਿ ਬੱਚਿਆਂ ਦਾ ਨਜਾਇਜ਼ ਫਲ ਚੁੱਕਿਆ ਕਿ ਨਿਆਣੇ ਤੇ ਕਬਜ਼ਾ ਕਰ ਲਿਆ ਠੀਕ ਆ ਹੁਣ ਜਦੋਂ ਮੈਂ ਵਾਪਸ ਮੁੜਿਆ ਵਾ ਤੇ ਕਬਜ਼ਾ ਹੋ ਗਿਆ ਵਾ ਵਾਪਸ ਕੌਣ ਮੁੜਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਜੇ ਪੰਜਾਬ ਦੇ ਵਿੱਚ ਕਿਸੇ ਸਮੇਂ ਕੋਈ ਲੱਗਿਆ ਤੈਨੂੰ ਵਾਪਸ ਮੁੜਿਆ ਹੋਵੇ ਨਹੀਂ ਵਾਪਸ ਨਹੀਂ ਮੁੜਿਆ ਜੇ ਪਰ ਉਹਨਾਂ ਨੂੰ ਪਤਾ ਹੈਗਾ ਇਸ ਗੱਲ ਦਾ ਮੁੜੇ ਨਹੀਂ ਉਹ ਮੈਨੂੰ ਚਾਹਨਾ ਵਾ ਕਿ ਮੋੜਨਾ ਪੈਣਾ ਵਾ ਪਤਾ ਸਾਰਿਆਂ ਨੂੰ ਹੈਗਾ ਇਸ ਗੱਲ ਦਾ ਪਰ ਉਹ ਸਿਰਫ ਅਜੇ ਉੱਪਰੋਂ ਉੱਪਰੋਂ ਵੀ ਚਲੋ ਐਂ ਦੀ ਚੱਲ ਜੀਏ ਐਂ ਦੀ ਚੱਲ ਜੀਏ ਉਹ ਆਪਣੇ ਆਪ ਨੂੰ ਧੁਖਾ ਦੇ ਰਹਿਆ ਹੈ ਮੈਂ ਕਹਿ ਰਿਹਾ ਵਾਂ ਕਿ ਜਿੱਦਣ ਵਾਪਸ ਮੁੜਗੇ ਉਸ ਦਿਨ ਹੀ ਭਗਤ ਸਿੰਘ ਉਹ ਨਹੀਂ ਜੀਂਦੇ ਆ ਆ ਸਾਰੇ ਭਗਤ ਸਿੰਘ ਹੀ ਉਥੇ ਪਰ ਅਸੁੱਤੇ ਆ ਚਾਰੇ ਉਹ ਹੈ ਕਿ ਸਾਰੇ ਭਗਤ ਸਿੰਘ ਆ ਤੇ ਜਿੱਦਣ ਭਗਤ ਸ ਜਾਗੂਗਾ ਨਾ ਦਿੱਲੀ ਕੰਬੂ ਨਹੀਂ ਦਿੱਲੀ ਭਜੂਗੀ ਕਿਉਂ ਦਿੱਲੀ ਜਿਹੜੀ ਹੈ ਨਾ ਉਹਨਾਂ ਚੇਰੀ ਆ ਜਨਾ ਚਿਰ ਸਰਦਾਰ ਜੀ ਦੇ ਆ ਜਿੱਦਣ ਇਹ ਸਰਦਾਰਾਂ ਨੇ ਨਾ ਮਾੜੀ ਜੀ ਅੱਖ ਚ ਮੱਕਦੇ ਨਾ ਤੇ ਜੇ ਨਾ ਲਾਹੌਰ ਦਾ ਬਾਡਰ ਪਾਡਰੇਟਾ ਵਾ ਉਹ ਚੁੱਕ ਕੇ ਚੀਨ ਵਾਲਾ ਜੇ ਦਿੱਲੀ ਦਾ ਨਾਂ ਨੰਗਿਆ ਤੇ ਲਾਂਤ ਕਹਦੇ ਸਰਾਰਿਆ ਇਹਨੂੰ ਐਂ ਹਕ ਤਾਂ ਕਹਿੰਦਾ ਮੈਂ ਆ ਸਿੱਖਾਂ ਦੇ ਸਿਰ ਤੇ ਬਾਡਰ ਕਾਇਮ ਆ ਅੜਿਆ ਇਹਨਾਂ ਨੂੰ ਭੁੱਲ ਗਿਆ ਮੋਦੀ ਹੋਣਾ ਨੂੰ ਆ ਸਮਝਦੇ ਵੀ ਸ਼ਾਇਦ ਆ ਗੁਜਰਾਤੀ ਲੋਕ ਇਹ ਤਾਂ ਦਾ ਕਰਨ ਲੋ ਗਿਆ ਸਾਡੀ ਬਾਦ ਕਿਸੇ ਜਗ੍ਹਾ ਸੁੱਤੇ ਆ ਬਾਸ ਤੇ ਮੈਂ ਉਹਨਾਂ ਵੀਰਾਂ ਨੂੰ ਬੈਠਾ ਕਿਹਾ ਮੋਰਚਲ ਨੂੰ ਕਿ ਠੀਕ ਹੈ ਤੁਸੀਂ ਲੱਗੇ ਆ ਮੇਰੇ ਵੀਰੋ ਪਰ ਜੇ ਗੁਰੂ ਦੀ ਮੰਨ ਕੇ ਨਸ਼ੇ ਛੱਡ ਕੇ ਸਿੱਖੀ ਜਾਜੋਗੇ ਨਾ ਤੇ ਸੱਚ ਦੇ ਖੜਜੋਗੇ ਦੋ ਦਿਨ ਜੀ ਲਿਓ ਕੁਝ ਦਿਨ ਰੱਖਿਓ ਆਸ 20 ਸਾਲ ਦੀ ਬੀਵਲ ਜੀਣਾ ਦੋ ਦਿਨ ਜੀਓ ਪਰ ਜੀਓ ਗੁਰੂ ਦੀ ਮਰਜ਼ੀ ਦੇ ਨਾਲ ਆਜ਼ਾਦ ਜੀਓ ਤੇ ਕਿਹਦੀ ਹਿੰਮਤ ਨਹੀਂ ਕਿ ਤੁਹਾਡੀ ਅੱਖ ਨਾਲ ਕੋਈ ਵੇਖ ਜਾਈ ਜਾਏ ਕੋਈ ਤੁਹਾਡਾ ਬਹੁਤ ਧੰਨਵਾਦ ਜੀ ਅਸੀਂ ਅੱਜ ਦਾ ਸਪੈਸ਼ਲ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਲੋਕ ਚੈਨਲ ਦੀ ਜਿਹੜੀ ਟੀਮ ਹੈ ਉਸ ਦਾ ਉਪਰਾਲਾ ਰਿਹਾ ਹੈ ਕਿ ਅਸੀਂ ਦੇਖੀਏ ਵੀ ਜਿਹੜੇ ਇੱਥੋਂ ਦੇ ਕਿਸਾਨ ਵੀਰ ਹੈ ਉਹ ਪੰਜਾਬ ਦੇ ਕਿਸਾਨੀ ਬਾਰੇ ਕੀ ਸੋਚਦੇ ਆ ਤੇ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ ਜੀ ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ